ਸਤ ਸ੍ਰੀ ਅਕਾਲ ਤੁਸੀਂ ਵੇਖ ਰਹੇ ਹੋ ਪੰਜਾਬ ਮਿਲ ਯੂਐਸਏ ਟੀਵੀ ਪੰਜਾਬ ਫੋਕਸ ਦੇ ਵਿੱਚ ਸਵਾਗਤ ਮੈਂ ਹਸਨਜੀਵ ਯਸ਼ ਖੰਨਾ ਮੇਰੇ ਨਾਲ ਸਟੂਡੀਓਜ਼ ਦੇ ਵਿੱਚ ਮੌਜੂਦ ਨੇ ਬਲਦਕਾਰ ਸਿੰਘ ਹਾਂਜੀ ਪਿਆਰੇ ਦਰਸ਼ਕੋ ਨਿਗਝਿਆਨੂ ਤੁਹਾਨੂੰ ਪਤਾ ਕਿ ਇਸ ਪ੍ਰੋਗਰਾਮ ਵਿੱਚ ਅਸੀਂ ਉਹ ਮੁੱਦੇ ਲੈਂਦੇ ਆ ਜਿਹੜੇ ਬਿਲਕੁਲ ਪਖੇ ਮੁੱਦੇ ਹੁੰਦੇ ਆ ਔਰ ਨਾ ਕੇਵਲ ਪੰਜਾਬ ਦੇ ਸਗੋਂ ਬਾਹਰਲੇ ਦੇਸ਼ਾਂ ਪਰਦੇਸਾਂ ਦੇ ਮੁੱਦਿਆਂ ਨੂੰ ਵੀ ਇਸ ਪ੍ਰੋਗਰਾਮ ਵਿੱਚ ਪੇਸ਼ ਕਰਦੇ ਆ ਤੇ ਅੱਜ ਖੰਨਾ ਜੀ ਮੇਰੇ ਨਾਲ ਨੇ ਤੇ ਖੰਨਾ ਜੀ ਉਹ ਕਿਹੜਾ ਮੁੱਦਾ ਜਿਹੜਾ ਅਸੀਂ ਆਪਣੇ ਦਰਸ਼ਕਾਂ ਦੀ ਨਜ਼ਰ ਕਰਨਾ ਚਾਹ ਰਹੇ ਦੇਖੋ ਸਾਰੇ ਜਣੇ एनवायरनमेंट ਨੂੰ ਲੈ ਕੇ ਬਹੁਤ ਚਿੰਤਾ ਕਰਦੇ ਨੇ ਸਾਰੇ ਦੇਸ਼ ਚਿੰਤਾ ਕਰਦੇ ਨੇ ਵੱਡੇ ਵੱਡੇ ਲੈਵਲਸ ਦੇ ਉੱਤੇ ਮੀਟਿੰਗਸ ਹੁੰਦੀਆਂ ਨੇ ਦੇਸ਼ਾਂ ਦੇ ਵਿੱਚ ਬੁਲਾਈਆਂ ਜਾਂਦੀਆਂ ਨੇ ਕਾਨਫਰੰਸ ਹੋ ਰਹੀਆਂ ਨੇ ਕਿ ਕਿੱਦਾਂ ਵਾਤਾਵਰਣ ਦੀ ਸਾਂਭ ਸੰਭਾਲ ਕੀਤੀ ਜਾਵੇ ਪਰਿਆਵਰਣ ਨੂੰ ਕਿੱਦਾਂ ਸੰਭਾਲਿਆ ਜਾਵੇ एनवायरनमेंट ਦੇ ਪ੍ਰਤੀ ਅਸੀਂ ਆਪਣੀ ਜ਼ਿੰਮੇਵਾਰੀ ਕਿਵੇਂ ਨਿਭਾਉਣੀ ਹੈ ਇਸ ਕਰਕੇ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਜੋ ਸਾਡੀ એનર્ਜੀ ਹੈ ਉਹਦਾ ਕੋਈ ਆਲਟਰਨੇਟਿਵ ਲੱਭ ਲਿਆ ਜਾਵੇ ਪੈਟਰੋਲ ਡੀਜ਼ਲ ਤੋਂ ਇਲਾਵਾ ਹੋਰ ਕਿਸ ਕਿਸ ਤਰ੍ਹਾਂ ਸੀ એનર્ਜੀ ਦਾ ਇਸਤੇਮਾਲ ਕਰ ਸਕਦੇ ਆ ਜਿਸ ਤੋਂ ਅਸੀਂ ਪ੍ਰਦੂਸ਼ਣ ਤੋਂ ਛੁਟਕਾਰਾ ਪਾ ਸਕਦੇ ਆ ਸੋਲਰ એનર્ਜੀ ਦੀ ਗੱਲ ਹੁੰਦੀ ਹੈ wind energy ਦੀ ਗੱਲ ਹੁੰਦੀ ਹੈ ਔਰ ਕਾਰਾਂ ਜੀਪਾਂ ਜੋ ਸਾਰੇ ਵਹੀਕਲਸ ਨੇ ਉਹਦੇ ਵਿੱਚ ਜੋ ਜਿਵੇਂ ਚਾਰਜ ਕੀਤਾ ਜਾਂਦਾ ਹੈ ਇਲੈਕਟ੍ਰਿਸਿਟੀ ਨਾਲ ਇਲੈਕਟ੍ਰੋਨਿਕ ਕਾਰਸ ਉਹਨਾਂ ਦੀ ਵੀ ਗੱਲ ਹੁੰਦੀ ਕਿਉਂਕਿ ਉਹ ਜਦੋਂ ਚੱਲਣਗੇ ਉਦੋਂ ਪੋਲਿਊਸ਼ਨ ਨਹੀਂ ਹੋਏਗਾ ਤਾਂ ਮੇਨ ਮਕਸਦ ਹੈ ਕਿ ਕਿਦਾਂ ਧਰਤੀ ਨੂੰ ਪੋਲਿਊਸ਼ਨ ਤੋਂ ਫ੍ਰੀ ਕੀਤਾ ਜਾਵੇ ਗਲੋਬ ਨੂੰ ਪੋਲਿਊਸ਼ਨ ਤੋਂ ਫ੍ਰੀ ਕੀਤਾ ਜਾਵੇ ਉਹਦੇ ਵੱਲ ਇੱਕ ਕਦਮ ਚੁੱਕਿਆ ਹੈ ਅਮਰੀਕਾ ਦੀ ਸਰਕਾਰ ਨੇ ਤੇ ਇੱਕ ਟਾਰਗੇਟ ਦਿੱਤਾ ਸਾਰੀਆਂ ਕੰਪਨੀਆਂ ਨੂੰ ਕਿ ਤੁਸੀਂ ਹੁਣ ਵੱਧ ਤੋਂ ਵੱਧ ਈ ਇਲੈਕਟ੍ਰੋਨਿਕ ਕਾਰਸ ਦੇ ਸੇਲ ਕਰਨੀ ਹੈ ਉਹਦੇ ਵਾਸਤੇ ਸਾਰੀ ਮਾਰਕੀਟ ਬਣਾਣੀ ਹੈ ਮਾਰਕੀਟ ਸ਼ੇਅਰ ਕੈਪਚਰ ਕਰਨਾ ਹੈ ਸੋ ਇਹ ਸਾਰੀ ਸਟਰੈਟਜੀ ਹੈ ਕਿ ਕਿਸ ਤਰ੍ਹਾਂ ਤੁਸੀਂ ਇਲੈਕਟ੍ਰੋਨਿਕ ਕਾਰਸ ਨੂੰ ਵੱਧ ਤੋਂ ਵੱਧ ਵੇਚਣਾ ਟਾਰਗੇਟਸ ਦਿੱਤੇ ਨੇ ਉਹਨਾਂ ਨੂੰ ਤਾਂ ਕਿ ਇਹ ਡੀਜ਼ਲ ਪੈਟਰੋਲ ਦੀਆਂ ਕਾਰਾਂ ਤੋਂ ਵਹੀਕਲਸ ਨੂੰ ਛੁਟਕਾਰਾ ਪਾਇਆ ਜਾ ਸਕੇ ਹਾ ਖੰਨਾ ਜੀ ਤੇ ਪਿਆਰੇ ਦਰਸ਼ਕੋ ਇਹ ਜਿਹੜਾ ਮੁੱਦਾ ਹੈ ਜਿਹੜਾ ਇਹਨਾਂ ਨੇ ਹੁਣੇ ਸਵਾਲ ਕੀਤਾ ਜਿਹਦੇ ਪ੍ਰਦੂਸ਼ਣ ਬਾਰੇ ਹਵਾ ਦੇ ਵਿੱਚ ਪ੍ਰਦੂਸ਼ਣ ਜਿਹੜਾ ਹੈਗਾ ਇਹ ਨਾ ਕੇਵਲ ਇੰਡੀਆ ਵਿੱਚ ਹੈ ਤੇ ਨਾ ਪੰਜਾਬ ਵਿੱਚ ਹੈ ਜਗੋਂ ਪੂਰੇ ਵਿਸ਼ਵ ਦੀ ਇੱਕ ਸਮੱਸਿਆ ਬਣੀ ਪਈ ਆ ਔਰ ਇਹਦੇ ਵਿੱਚ ਇਹ ਵੀ ਹੈਗਾ ਕਿ ਸਾਊਂਡ ਪੋਲੂਸ਼ਨ ਵੀ ਹੈਗਾ ਜਿੱਥੇ ਗੱਡੀਆਂ ਦੀ ਆਵਾਜ਼ ਆਉਂਦੀ ਆ ਚੱਲਣ ਦੀ ਉਹਨਾਂ ਦੇ ਟਾਇਰਾਂ ਦੀ ਜਿਹੜੀ ਘਸਣਾ ਸੜਕ ਤੇ ਉਹ ਆਵਾਜ਼ ਆਉਂਦੀ ਆ ਉਹਦੇ ਨਾਲ ਪੋਲੂਸ਼ਨ ਹੁੰਦਾ ਪਲੱਸ ਜਿਹੜੀ ਉਹਦੀ ਸਾਊਂਡ ਦੇ ਹਾਰਨ ਉਹਨਾਂ ਦੀ ਆਵਾਜ਼ ਜਿਹੜੀ ਹੈਗੀ ਆ ਉਹ ਜਿਹੜੀ ਸਾਊਂਡ ਪੋਲੂਸ਼ਨ ਵੀ ਪੈਦਾ ਕਰਦੀ ਆ ਔਰ ਇਹ ਚైనా ਦੇ ਵਿੱਚ ਵੀ ਹੈ ਜਿੱਥੇ ਜ਼ਿਆਦਾ ਪੋਪੂਲੇਸ਼ਨ ਹੈ ਇੰਡੀਆ ਵਿੱਚ ਵੀ ਹੈਗਾ ਪਰ ਜਿਹੜੇ ਐਡਵਾਂਸਡ ਕੰਟਰੀ ਨੇ ਉਹਨਾਂ ਨੇ ਘਟੋ-ਘਟੇ ਇਹ ਡਿਸੀਜਨ ਲੈ ਲਿਆ ਕਿ ਇਹਦੇ ਤੇ ਕਿਸ ਤਰ੍ਹਾਂ ਕੰਟਰੋਲ ਕੀਤਾ ਜਾ ਸਕਦਾ ਯੂਰੋਪੀਅਨ ਕੰਟਰੀ ਨੇ ਤਾਂ ਪਹਿਲਾਂ ਕੀਤਾ ਸੀਗਾ ਹੁਣ ਬਾਈਡਨ ਸਰਕਾਰ ਨੇ ਵੀ ਇਹਦੇ ਤੇ ਐਕਸ਼ਨ ਲੈਣਾ ਸ਼ੁਰੂ ਕਰ ਦਿੱਤਾ ਵਾਈਟ ਹਾਊਸ 'ਚ ਇਹਦੀ ਚਰਚਾ ਹੋਈ ਆ ਉਹਨਾਂ ਨੇ ਕੰਪਨੀਆਂ ਨੂੰ ਬੁਲਾ ਕੇ ਕਹਿਤਾ ਕਿ ਜਿਹੜੀਆਂ ਇਹ ਇਲੈਕਟ੍ਰੋਨਿਕਸ ਗੱਡੀਆਂ ਨੇ ਉਹਨਾਂ ਨੂੰ ਮਾਰਕੀਟ 'ਚ ਲਿਆਓ ਤਾਂ ਕਿ ਪੋਲੂਸ਼ਨ ਦੀ ਜਿਹੜੀ ਸਮੱਸਿਆ ਬਿਲਕੁਲ ਸਾਫ਼ ਸੁਥਰੀ ਹੋ ਜਾਏ ਤਾਕੇ ਜਿਹੜਾ 에어 ਪੋਲੂਸ਼ਨ ਹੈ ਜਿਸ ਚ ਹਵਾ ਦੀ ਕੁਆਲਿਟੀ ਖਰਾਬ ਹੋ ਜਾਂਦੀ ਹੈ ਹੁਣ ਸਾਡੇ ਦਿੱਲੀ ਵਿੱਚ ਵੇਸ਼ਮਾਰ ਜਿਹੜਾ ਪੋਲੂਸ਼ਨ ਹੁੰਦਾ ਤਾਂ ਉਹਦੀ 에어 ਕੁਆਲਿਟੀ ਹੈ ਉਹ ਤੁਹਾਨੂੰ ਪਤਾ ਲੱਗਦਾ ਤੁਹਾਡੇ ਫੇਫੜੇ ਖਰਾਬ ਹੋ ਜਾਂਦੇ ਆ ਹਵਾ ਇਸ ਤਰ੍ਹਾਂ ਦੀ ਆਉਗੀ ਫਿਰ ਤੁਹਾਡਾ ਨੱਕ ਵਗਣਾ ਸ਼ੁਰੂ ਹੋ ਜਾਂਦਾ ਤੁਹਾਨੂੰ ਛਿੱਕ ਆਉਣੀ ਸ਼ੁਰੂ ਕਰ ਜਾਂਦੀਆਂ ਖਾਂਸੀ ਆਉਣੀ ਸ਼ੁਰੂ ਕਰ ਹੋ ਜਾਂਦੀ ਹੈ ਜਦੋਂ ਸਾਫ਼ ਹਵਾ ਹੀ ਨਹੀਂ ਅੰਦਰ ਜਾਣੀ ਜਦੋਂ ਤੁਹਾਨੂੰ ਆਕਸੀਜਨ ਪੂਰੀ ਮਿਲਣੀ ਨਹੀਂ ਜਿਹਦੇ ਵਿੱਚ ਕਈ ਤਰ੍ਹਾਂ ਦੇ ਹੋਰ ਤੱਤਰ ਵਾਲੇ ਉਹ ਤੁਹਾਡੇ ਅੰਦਰ ਜਾਂਦਾ ਤੇ ਉਹ ਖਾਂਦਾ ਪਰ ਖੰਨਾ ਜੀ ਇਹ ਗੱਲ ਠੀਕ ਹੈ ਕਿ ਇਹ ਮੇਨ ਨਹੀਂ ਐਡਵਾਂਸ ਕੰਟਰੀ ਉਹਨਾਂ ਦਾ ਡਿਸੀਜਨ ਵੀ ਐਡਵਾਂਸ ਹੈ ਸਾਡੇ ਨਾਲ ਅਸੀਂ ਪਹਿਲਾਂ ਪਾਰਲੀਮੈਂਟ ਚ ਮੁੱਦਾ ਲਿਆਉਂਦੇ ਹਾਂ ਪਾਰਲੀਮੈਂਟ ਤੋਂ ਬਾਅਦ ਫਿਰ ਲੋਕ ਸਭਾ ਚ ਜਾਂਦਾ ਫਿਰ ਰਾਜ ਸਭਾ ਚ ਜਾਂਦਾ ਰਾਜ ਸਭਾ ਤੋਂ ਬਾਅਦ ਰਾਸ਼ਟਰਪਤੀ ਕੋ ਜਾਂਦਾ ਉਹ ਕਈ 6-6 ਮਹੀਨੇ ਲੱਗ ਜਾਂਦੇ ਸਾਡਾ ਪਾਸ ਹੋਣ ਤੇ ਇਹ ਪ੍ਰੈਜ਼ੀਡੈਂਸ਼ੀਅਲ ਗਵਰਨਮੈਂਟ ਹੈ ਇੱਥੋਂ ਦੀ ਜਿਹੜੀ ਅ ਅਮਰੀਕਾ ਦੀ ਪ੍ਰਾਦਾਨਾਤਮਕ ਸਰਕਾਰ ਹੈ ਇੱਥੇ ਡਿਸੀਜਨ ਬਹੁਤ ਜਲਦੀ ਹੁੰਦੇ ਆ ਔਰ ਉਹਨਾਂ ਡਿਸੀਜਨ ਨੂੰ ਲੋਕਾਂ ਤੱਕ ਪਹੁੰਚਾਉਣ ਚ ਵੀ ਬਹੁਤੀ ਦੇਰੀ ਨਹੀਂ ਹੁੰਦੀ ਇੰਪਲੀਮੈਂਟ ਵੀ ਬਹੁਤ ਜਲਦੀ ਹੁੰ ਪਰ ਆ ਜਿਹੜਾ ਮੁੱਦਾ ਸੀਗਾ ਜਿਹੜਾ ਤੁਸੀਂ ਲਿਆ ਵਾ ਇਹ ਸਿਕਰਾਂ ਨੂੰ ਚੁੰਦਾ ਮੁੱਦਾ ਹੈਗਾ ਕਿਉਂਕਿ ਸਮੱਸਿਆ ਹੈ ਪੂਰੀ ਹੈ ਲੋਕ ਇਹਦੇ ਨਾਲ ਮਰ ਰਹੇ ਆ ਬਹੁਤ ਜ਼ਿਆਦਾ ਹਰ ਦੇਸ਼ ਦੇ ਵਿੱਚ ਹੀ ਹਾਲਾਂਕਿ ਉੱਥੇ ਦੀ ਹਵਾ ਸਾਫ਼ ਸੁਥਰੀ ਹੈ ਸਾਡੇ ਨਿਸ਼ਬਤ ਸਾਡੀ ਕੰਟਰੀ ਦੇ ਨਿਸ਼ਬਤ ਉੱਥਾਂ ਦੀ ਹਵਾ ਇੰਨੀ ਖਰਾਬ ਨਹੀਂ ਕਿਉਂਕਿ ਪਾਪੂਲੇਸ਼ਨ ਹੀ ਨਹੀਂ ਜ਼ਿਆਦਾ ਨਹੀਂ ਹਾਲਾਂਕਿ ਉਹ ਕੰਟਰੀ ਵੱਡੇ ਸਾਡੇ ਨਾਲੋਂ ਅਮਰੀਕਾ ਕੈਨੇਡਾ ਰਸ਼ੀਆ ਔਰ ਚైనా ਇਹ ਵੱਡੇ ਦੇਸ਼ ਆ ਪਰ ਸਾਡੇ ਪਾਪੂਲੇਸ਼ਨ ਬਹੁਤ ਜ਼ਿਆਦਾ ਹੈਗਾ ਜਿੱਥੇ ਪਾਪੂਲੇਸ਼ਨ ਜ਼ਿਆਦਾ ਉੱਥੇ ਹਵਾ ਖਰਾਬ ਇਸ ਕਰਕੇ ਖਰਾਬ ਹੈ ਸਫਾਈ ਨਹੀਂ ਲੋਕਾਂ ਜਿੱਥੇ ਜਾਣਾ ਗਾਂਧੀ ਪੌਣਾ ਜਿੱਥੇ ਜਾਣਾ ਉੱਥੇ ਸਫਾਈ ਨਹੀਂ ਰੱਖਣੀ ਫੁੱਲ ਬੂਟੇ ਅਸੀਂ ਵੱਢ ਦਿੱਤੇ ਆ ਉਹਨਾਂ ਨੂੰ ਕੱਟ ਦਿੱਤਾ ਵਾ ਤੇ ਉਹਨਾਂ ਦੇ 50 ਸੂਬਿਆਂ ਦੇ ਵਿੱਚ ਲੋਕ ਬਿਲਕੁਲ ਇਸੇ ਤਰ੍ਹਾਂ ਚਤਨ ਨਹੀਂ ਔਰ ਲੋਕ ਉੱਥੋਂ ਦੀ ਜਿਹੜੀ ਹਵਾ ਨੂੰ ਸਾਫ਼ ਰੱਖਣ ਵਿੱਚ ਯੋਗਦਾਨ ਪਾਉਂਦੇ ਆ ਔਰ ਆ ਜਿਹੜਾ ਮੁੱਦਾ ਇਹਦੇ ਵਿੱਚ ਖਨਾਜੀ ਇਹਨਾਂ ਨੇ ਕਿਹਾ ਸੀ ਕਿ 67% ਜਿਹੜੀਆਂ ਗੱਡੀਆਂ ਇਲੈਕਟ੍ਰੋਨਿਕਸ ਗੱਡੀਆਂ ਜਿਹੜੀਆਂ ਉਹ ਚੱਲਣਗੀਆਂ ਔਰ ਉਹਨਾਂ ਨੇ ਉਹਨਾਂ ਨੂੰ ਦਿੱਤੀ ਐ ਸਹੂਲਤਾਂ ਜਿਹੜੀਆਂ ਗੱਡੀਆਂ ਬਣਾਉਣ ਵਾਲੇ ਵਹੀਕਲ ਬਣਾਉਣੀਆਂ ਪਰ ਤੁਸੀਂ ਉਹਦੇ ਵਿੱਚ ਜਿਹੜੀਆਂ ਇਲੈਕਟ੍ਰੋਨਿਕਸ ਨਾਲ ਜੁੜੀਆਂ ਜੁੜਦੀਆਂ ਗੱਡੀਆਂ ਨੇ ਇਲੈਕਟ੍ਰੋ ਜਿਹੜੀਆਂ ਉਹਨਾਂ ਨੂੰ ਲੈ ਕੇ ਆਓ ਇਹ ਉਹਦੇ ਨਾਲ ਜਿਹੜਾ ਹੈਗਾ ਪੁਰਾਣਾ ਤੇਲ ਤੇ ਨਾ ਬੜੀਆਂ ਚੱਲਣ ਗੱਡੀਆਂ ਹੁਣ ਇਹ ਵੈਸੇ ਸਾਡੇ ਬਰਦਵਾਸੀ ਭਾਰਤੀਆਂ ਨੂੰ ਪਤਾ ਹੀ ਹੋਣਾ ਕਿਉਂਕਿ ਉੱਥੇ ਇਹ ਅੱਜ ਦਾ ਮੁੱਦਾ ਬੜਾ ਭਾਗ ਦਾ ਮੁੱਦਾ ਵਾ ਤੇ ਲੋਕਾਂ ਨੇ ਇਹਨੂੰ ਸਵੀਕਾਰ ਕੀਤਾ ਲੋਕਾਂ ਨੇ ਕਿਹਾ ਕਿ ਅਸੀਂ ਚਲਾਵਾਂਗੇ ਗੱਡੀਆਂ ਉਹੀ ਲਾਵਾਂਗੇ ਉਹਨਾਂ ਦੇ ਵਿੱਚ ਇਹ ਵੀ ਗੱਡੀ ਖਰੀਦਣ ਦੇ ਵਿੱਚ ਵੀ ਉਹਨਾਂ ਨੇ ਕਹਿਤਾ ਕਿ ਤੁਹਾਨੂੰ ਉਹਦੇ ਵਿੱਚ ਕਈ ਤਰ੍ਹਾਂ ਦੀਆਂ ਜਿਹੜੀਆਂ ਸਹੂਲਤਾਂ ਮਿਲਣਗੀਆਂ ਰੇਟ ਘਟ ਦੇਣਗੇ ਜਿਨ੍ਹਾਂ ਨੇ ਇਲੈਕਟ੍ਰੋਨਿਕਸ ਜਿਹੜੀਆਂ ਗੱਡ ਉਹਨਾਂ ਨੂੰ ਗ੍ਰੇਟ ਵੀ ਘਟਣ ਦਿੱਤੇ ਜਾਣਗੇ ਜਿਹੜੀਆਂ ਗੱਡੀਆਂ ਬੰਦ ਹੋ ਜਾਣਗੀਆਂ ਉਹਨਾਂ ਦੇ ਵਿੱਚ ਉਹਨਾਂ ਨੂੰ ਆਰਸੀ ਉਹਨਾਂ ਦੇ ਵਿੱਚ ਜਿਹੜੀਆਂ ਟਾਇਰ ਆ ਦੇਣ ਦੀਆਂ ਕੰਪਨੀਆਂ ਉਹ ਵੀ ਅੱਗੇ ਲੈਣੀਆਂ ਲੋਕਾਂ ਨੂੰ ਸਹੂਲਤਾਂ ਮਿਲਣਗੇ ਤਾਂ ਲੋਕਾਂ ਨੇ ਭੱਜ ਕੇ ਉਸ ਪਾਸੇ ਆਉਣਾ ਇਸ ਕਰਕੇ ਇੱਕ ਗੱਡੀਆਂ ਦੇ ਰੇਟ ਵੀ ਘਟਾ ਬਾਕੀ ਸਹੂਲਤਾਂ ਵੀ ਘਟਾ ਹੈਗੀਆਂ ਆਰਸੀ ਦੇ ਪੈਸੇ ਵੀ ਘਟ ਲੱਗਣਗੇ ਇਹ ਸਾਰੀਆਂ 50 ਜਿਹੜੇ ਉਹਨਾਂ ਦੇ ਸਟੇਟ ਉਹਨਾਂ ਵਿੱਚ ਇਹਨਾਂ ਨੇ ਸਹੂਲਤਾਂ ਪ੍ਰਦਾਨ ਕਰ ਦਿੱਤੀਆਂ ਪਰ ਜੇਕਰ ਜਿਸ ਦੇਸ਼ 'ਚ ਅਸੀਂ ਬੈਠੇ ਆ ਸਾਡਾ ਅਸੀਂ ਉਸ ਦੇਸ਼ ਦੇ ਵਸਨੀਕ ਆ ਹਿੰਦੁਸਤਾਨ ਵਿੱਚ ਵੀ ਜੇ ਇਦਾਂ ਦਾ ਕੰਮ ਕੀਤਾ ਜਾਵੇ ਤਾਂ ਵਧੀਆ ਗੱਲ ਹੈਗੀ ਆ ਉਕੇ ਇਹਦੇ ਵਿੱਚ ਜਿਹੜੇ ਤੇਲ ਨੇ ਜਿਹੜੇ ਤੇਲ ਆ ਡੀਜ਼ਲ ਔਰ ਪੈਟਰੋਲ ਇਹ ਦੇ ਵਿੱਚ ਇਹਦੇ ਨਾਲ ਬਹੁਤ ਜ਼ਿਆਦਾ ਪੋਲੂਸ਼ਨ ਹੁੰਦਾ ਹਵਾ ਚ ਆਉਂਦਾ ਹਵਾ ਦੇ ਵਿੱਚ ਮਿਕਸ ਹੁੰਦਾ ਇਹਦੇ ਵਿੱਚ ਕਈ ਤਰ੍ਹਾਂ ਦੀਆਂ ਗੈਸਾਂ ਵਾ ਨਾਈਟ੍ਰੋਜਨ ਫਾਸਫੋਰਸ ਆ ਗਿਆ ਹੈ ਨਾ ਕਾਰਬਨ ਆਇਆ ਕੋਈ ਬੜਾ ਕੁਛ ਆਗਾ ਔਰ ਜਿੱਥੇ ਅਸੀਂ ਆਕਸੀਜਨ ਲੱਭਦੇ ਹਾਂ ਉਹ ਰੁੱਖਾਂ ਚ ਲੱਭਣੀ ਆ ਰੁੱਖ ਅਸੀਂ ਕਟਾ ਦਿੰਦੇ ਆ ਰੁੱਖਾਂ ਦੇ ਵਿੱਚੋਂ ਕਰਕੇ ਮੀਂਹ ਘਟ ਪੈਂਦਾ ਬੇਸਿਕਲੀ ਜਦੋਂ ਅਸੀਂ ਬਾਹਰਲੇ ਦੇਸ਼ਾਂ ਦਾ ਕੋਈ ਨਿਊਜ਼ ਪੜ੍ਹਦੇ ਆ ਤੇ ਸਾਨੂੰ ਆਪਣੇ ਦੇਸ਼ ਵੱਲ ਧਿਆਨ ਮਾਰਨਾ ਪੈਂਦਾ ਦੇਸ਼ ਤੋਂ ਬਾਅਦ ਫਿਰ ਅਸੀਂ ਆਪਣੇ ਸੂਬੇ ਵੱਲ ਫੇਸੂਬੇ ਤੋਂ ਬਾਅਦ ਫਿਰ ਆਪਣੇ ਜ਼ਿਲ੍ਹੇ ਵੱਲ ਫਿਰ ਆਪਣੇ ਗਲੀ ਮੱਲੇ ਵੱਲ ਉਹ ਇਸ ਗੱਲ ਤਾਂ ਹੰਦਾ ਕਿ ਜਿਸ ਧਰਤੀ ਤੇ ਅਸੀਂ ਖੜੇ ਆ ਉਹ ਵਾਕਈ ਸਾਫ਼ ਹੈ ਵਾਕਈ ਉੱਥੋਂ ਦੇ ਲੋਕ ਨਰੋਏ ਆ ਤੰਦਰੁਸਤ ਆ ਉੱਥੇ ਬੱਚੇ ਪੈਦਾ ਜਿਹੜੇ ਹੋ ਰਿਹਾ ਬਿਮਾਰੀ ਤੋਂ ਰਹਿ ਤਾ ਉਹਨਾਂ ਬੱਚਿਆਂ ਨੂੰ ਕੋਈ ਬਿਮਾਰੀ ਤਾਂ ਨਹੀਂ ਹੈਗੀ ਪਰ ਅਸੀਂ ਉਹਨਾਂ ਵੱਡਿਆਂ ਦੇਸ਼ਾਂ ਦੀ ਰੀਸ ਕਰਦੇ ਆ ਹੋਰ ਗੱਲਾਂ ਲਈ ਸਾਨੂੰ ਇਹਦੇ ਲਈ ਵੀ ਰੀਸ ਕਰਨੀ ਚਾਹੀਦੀ ਕਿਉਂ ਪੋਲੂਸ਼ਨ ਤੋਂ ਦੂਰ ਰਹਿੰਦੇ ਆ ਤੇ ਅਸੀਂ ਵੀ ਸਾਨੂੰ ਹੀ ਰਹਿਣਾ ਚਾਹੀਦਾ ਕਿਉਂਕਿ ਅਸੀਂ ਤਾਂ ਗਰੀਬ ਲੋਕ ਹੈਗੇ ਆ ਸਾਨੂੰ ਚਾਹੀਦਾ ਹੈ ਕਿ ਅਸੀਂ ਇਹਨਾਂ ਚੀਜ਼ਾਂ ਤੋਂ ਬਚੀਏ ਇਲਾਜ ਬੜੇ ਮਹਿੰਗੇ ਆ ਕਨਾਜੀ ਲਾਟ ਬਾਤ ਮੇਂ ਗਿਆ ਪਾਰਲੇ ਦੇਸ਼ਾਂ ਸੜਤੋਂ ਮਹਿੰਗੇ ਪਰ ਉੱਥੇ ਸਹੂਲਤਾਂ ਬਾਤ ਹੈਗੀਆਂ ਅਸੀਂ ਜੀਐਸਟੀ ਦੇ ਦੇ ਜੀ ਆਪਕਾਰੀ ਟੈਕਸ ਦੇ ਦੇ ਜੀ ਹੈਨਾ ਚਲੋ ਚੁਲਾ ਟੈਕਸ ਦੇ ਦੇ ਜੀ ਕਈ ਟੈਕਸਾਂ ਨਾਲ ਤੇ ਸਾਡੇ ਬੰਦੇ ਜਿਹੜੇ ਆ ਗਏ ਵਿਚਾਰੇ ਗਰੀਬ ਹੋ ਰਹੇ ਆ ਸਰਕਾਰ ਦੇ ਪੱਲੇ ਕੁਛ ਹੈ ਨਹੀਂ ਉਹ ਤੋਂ ਟੈਕਸ ਲਾਉਣ ਚ ਹੁੰਦੇ ਆ ਪੈਸਾ ਦੇਣ ਵਾਲੇ ਪਾਸੇ ਨਹੀਂ ਉਹਨਾਂ ਦਾ ਹਾਲ ਹੁੰਦਾ ਜੋ ਸਰਕਾਰਾਂ ਟੈਕਸ ਲਾਉਂਦੀਆਂ ਉਹਨਾਂ ਨੂੰ ਪਤਾ ਉਹ ਨਾਲ ਫੈਸਿਲਿਟੀ ਵੀ ਦਿੰਦੀਆਂ ਜੀਐਸਟੀ ਜੇ ਦਿੱਤਾ ਹੋਇਆ ਤਾਂ ਉਹ ਤੇ ਹੈਲਥ ਫ੍ਰੀ ਹੈਗਾ ਜਿਹਦੇ ਜੀ ਦਿੱਤਾ ਤੇ ਬੱਚੇ ਫ੍ਰੀ ਪੜ ਰਹੇ ਆ ਜਿਹਦੇ ਜੀ ਦਿੱਤਾ ਸਕੂਲਾਂ ਚ ਜਾਣ ਆਉਣ ਫ੍ਰੀ ਆ ਸਾਡੇ ਬਾਕੀ ਤਾਂ ਸਾਨੂੰ ਦੇਣਾ ਪੈਂਦਾ ਤੇ ਟੈਕਸਾਂ ਦਾ ਅਸੀਂ ਨਚੋੜੇ ਪਿਆ ਇਹ ਆਪਣੇ ਦੇਸ਼ ਦੀ ਗੱਲ ਹੈ ਬਿਲਕੁਲ ਟੈਕਸ ਬਹੁਤ ਜ਼ਿਆਦਾ ਨਹੀਂ ਔਰ ਜੋ ਵੀ ਹੈ ਨਾ এনवायरमेंट ਦੇ ਪ੍ਰਤੀ ਸਾਡੇ ਸਾਰੇ ਦੇ ਟੈਕਸ ਦੇ ਕਹਤੇ ਫਲੂਟਡ ਹੀ ਹੈ ਕਮ ਪੋਲੂਸ਼ਨ ਹੀ ਹੈ ਬੜੀਆਂ ਬਿਲਕੁਲ ਹੈ ਔਰ ਸਾਡਾ ਆਪਣਾ ਕੀ ਫਰਜ਼ ਬਣਦਾ ਹੈ ਕਿਉਂਕਿ ਸਾਡਾ ਆਪਣਾ ਫਰਜ਼ ਜਦੋਂ ਤੱਕ ਅਸੀਂ ਪੂਰਾ ਨਹੀਂ ਕਰਦੇ ਉਦੋਂ ਤੱਕ ਸਰਕਾਰਾਂ ਇਕੱਲੀਆਂ ਕੁਝ ਨਹੀਂ ਕਰ ਸਕਦੀਆਂ ਨਾ ਸਹੀ ਹੈ ਜਦੋਂ ਤੱਕ ਅਸੀਂ ਨਹੀਂ ਸਾਥ ਦਾਂਗੇ ਸਾਰੇ ਨਾਗਰਿਕ ਸਾਥ ਨਹੀਂ ਦਵਾਂਗੇ ਔਰ ਸਾਨੂੰ ਖੁਦ ਨੂੰ ਰਿਸਪਾਂਸਿਬਿਲਟੀ ਇਹ ਸਮਝਣੀ ਚਾਹੀਦੀ ਹੈ ਸਾਡਾ ਘਰ ਹੈ ਪੂਰੀ ਦੀ ਪੂਰੀ ਤਰਤੀ ਸਾਡਾ ਆਪਣਾ ਘਰ ਹੈ ਔਰ ਇਹਨੂੰ ਸਾਫ ਸੁਥਰਾ ਰੱਖਣਾ ਇਹਨੂੰ ਸਵਸਥ ਰੱਖਣਾ ਸਾਡਾ ਫਰਜ਼ ਹੈ ਜੀ ਔਰ ਇਹ ਸਾਡਾ ਸਾਾਨੂੰ ਨਿਭਾਉਣਾ ਚਾਹੀਦਾ ਹੈ ਸਾਨੂੰ ਇੰਨੀ ਸਿਆਣਪ ਸਾਡੇ ਅੰਦਰ ਜ਼ਰੂਰ ਚਾਹੀਦੀ ਹੈ ਕਿ ਅਸੀਂ ਪਰਿਆਵਰਣ ਨੂੰ ਬਚਾ ਕੇ ਰੱਖੀਏ ਤਰਤੀ ਬਚੂਗੀ ਵਾਤਾਵਰਣ ਬਚੂਗਾ ਤਾਹੀਂ ਅਸੀਂ ਬਚੇ ਰਵਾਂਗੇ ਜੇ ਵਾਤਾਵਰਣ ਖਰਾਬ ਹੋ ਗਿਆ ਇਕਨਾ ਇੱਕ ਬੜੀ ਸੋਚ ਹੈ ਨੇਚਰ ਨੂੰ ਕੰਟਰੋਲ ਕਰਨਾ ਇਹ ਸਭ ਤੋਂ ਗਲਤ ਸੋਚ ਹੈ ਨੇਚਰ ਦੇ ਨਾਲ ਤਾਲਮੇਲ ਬਣਾ ਕੇ ਚੱਲੋ ਨੇਚਰ ਨੂੰ ਕੋਈ ਕੰਟਰੋਲ ਨਹੀਂ ਕਰ ਸਕਦਾ ਸੋ ਸਾਨੂੰ ਸੋਚੀ ਦੀ ਲੋੜ ਹੈ ਅਸੀਂ ਮਤਲਬ ਸਿੱਧੀ ਪਾਸ਼ਾ ਬਜ਼ੁਰਗਾਂ ਦੀ ਦੇ ਵਿੱਚ ਕਹੀ ਹੈ ਤਾਂ ਸਾਨੂੰ ਅਕਲ ਸਿੱਖਣੀ ਚਾਹੀਦੀ ਹੈ ਔਰ ਆਪਣੀ ਧਰਤੀ ਦਾ ਆਪਣੇ ਵਾਤਾਵਰਣ ਦਾ ਖਿਆਲ ਰੱਖਣਾ ਚਾਹੀਦਾ ਹੈ ਹੁਣ ਦੇਖੋ ਮੀਂਹ ਪਏ ਸਾਰੀ ਫਸਲ ਕਣਕ ਦੀ ਖਰਾਬ ਹੋਈ ਪੰਜਾਬ ਦੇ ਵਿੱਚ ਅਸੀਂ ਸਾਰੇ ਜਾਣਦੇ ਹਾਂ ਮੁਆਵਜ਼ੇ ਦੀ ਗੱਲ ਹੋ ਰਹੀ ਹੈ ਕੇਂਦਰ ਸਰਕਾਰ ਵੱਲੋਂ ਵੀ ਇੱਕ ਤਰ੍ਹਾਂ ਦੀ ਔਖੀ ਘੜੀ ਦੇ ਵਿੱਚ ਇੱਕ ਮਦਦ ਮਦਦ ਆ ਰਹੀ ਹੈ ਮਦਦ ਵਾਲਾ ਹੱਥ ਆ ਰਿਹਾ ਹੈ ਹੁਣ ਸਾਡੀ ਜੋ ਫਸਲ ਹੈ ਕਣਕ ਦਾ ਸਾਰਾ ਜੋ ਵੀ ਹਾਲ ਹੋਇਆ ਉਹ ਸਾਰੀ ਫਸਲ ਸਾਡੀ ਦੂਜੇ ਸੂਬਿਆਂ ਦੇ ਵਿੱਚ ਵੀ ਡਾਇਰੈਕਟਲੀ ਭੇਜਣ ਦਾ ਸਾਰਾ ਅਰੇਂਜਮੈਂਟ ਹੋ ਰਿਹਾ ਏ ਇਦਾਂ ਦੀ ਪਾਲਿਸੀ ਬਣਾਈ ਜਾ ਰਹੀ ਹੈ ਕਿ ਪੰਜਾਬ ਨੂੰ ਸਹੂਲਤ ਮਿਲੇ ਕੇਂਦਰ ਸਰਕਾਰੇ ਦੇ ਵਿੱਚ ਆਪਣਾ ਸਹਿਯੋਗ ਦੇ ਰਹੀ ਹੈ ਭਾਈ ਇਹਦੇ ਵਿੱਚ ਪਤਾ ਹੈਗਾ ਗਲਤ ਹੈਗਾ ਉਹ ਜਿਹੜਾ ਇਹਨਾਂ ਨੇ ਕਿਹਾ ਵਾ ਸੈਂਟਰ ਨੇ ਉਹ ਸੈਂਟਰ ਨੇ ਇਹ ਕਹਿੰਦਾ ਕਿ ਜਿਹੜੀ ਸਿੱਧੀ ਇੱਥੋਂ ਦੀ ਡਿਲੀਵਰੀ ਹੈ ਕਣਕ ਦੀ ਜਾਂ ਝੋਨੇ ਦੀ ਹੋਊਗੀ ਉਹ ਸਿੱਧੇ ਤੇ ਸਿੱਧੀ ਬਾਕੀ ਸੂਬਿਆਂ ਨੂੰ ਭੇਜੀ ਜਾਊਗੀ ਸਟੋਰਾਂ ਚੋਂ ਔਰ ਮੰਡੀਆਂ ਚੋਂ ਹੀ ਔਰ ਉਹਦਾ ਰੇਟ ਉਹੀ ਹੋਗਾ ਜੋ ਇੱਥੇ ਵੇਚ ਰਹੇ ਆ ਪਰ ਉਹਦੇ ਚ ਇਹ ਹੈਗਾ ਕਿ ਜਿਹੜਾ ਸੈਂਟਰ ਨੂੰ ਜਾਣਾ ਸੀਗਾ ਸਾਰਾ ਕੁਝ ਆਪਣਾ 60% ਡਿਲੀਵਰੀ ਜਾਣੀ ਸੀ ਉਹ ਤਾਂ ਨਾ ਗਈ ਹੁਣ ਉਹਨਾਂ ਨੂੰ ਪਤਾ ਕਿ ਇਹਨਾਂ ਨੇ ਜਿਹੜੀ ਪ੍ਰਧਾਨ ਮੰਤਰੀ ਕਲਿਆਣ ਯੋਜਨਾ ਉਹਦੇ ਵਿੱਚ ਇਹਨਾਂ ਨੇ ਸਿੱਧੇ ਦਾ ਸਿੱਧਾ ਲੋਕਾਂ ਨੂੰ ਅਨਾਜ ਦਿੱਤਾ ਸੀਗਾ ਉਹਦੇ ਚ ਆ ਗਈ ਥੋੜਾ ਉਹ ਹੈ ਨਹੀਂ ਇਹਨਾਂ ਨੇ till ਦਸੰਬਰ ਤੱਕ ਅਨਾਉਂਸ ਕੀਤਾ ਸੀਗਾ ਕਿ ਦਸੰਬਰ 2023 ਤੱਕ ਅਸੀਂ ਦੇਵਾਂਗੇ ਉਤੋਂ ਆ ਗਿਆ ਇਲੈਕਸ਼ਨ ਜੇ ਇਹਨਾਂ ਨੇ ਬੰਦ ਕਰ ਦਿੱਤਾ ਤੇ ਲੋਕ ਫਿਰ ਉਸ ਜਾਣੇ ਲੋਕ ਫਿਰ ਲੜ ਪੈਣੇ ਆ ਇਹਨਾਂ ਨੂੰ ਇਹ ਕਹੇ ਕਿ ਸਮੂਥਰੀ ਚੱਲੇ ਇਹਦੇ ਵਿੱਚ ਕੋਈ ਵਿਗਨ ਨਾ ਪਵੇ ਤੇ ਇਹ ਫਿਰ ਪੰਜਾਬ ਤੋਂ ਹੀ ਮਿਲਣੀ ਆ ਇਹ ਤੰਗ ਦਿੱਲੀ ਦਾ ਗੱਲ ਹੈਗੀ ਆ ਇਹ ਔਕੀ ਖੜੀ ਦੀ ਗੱਲ ਹੈਗੀ ਆ ਤੇ ਦੂਜੇ ਪਾਸੇ ਕਿਸਾਨ ਤਾਂ ਰੋ ਰਹੇ ਆ ਕਿਸਾਨਾਂ ਦੇ ਵਿੱਚੋਂ ਕਈ ਖੁਦਕਿਰਸ਼ੀ ਵੀ ਕਰ ਗਏ ਵਿਚਾਰੇ ਇਹਦੇ ਵਿੱਚ ਕਣਕਾਂ ਵਿੱਚ ਗਈਆਂ ਕਣਕਾਂ ਜਿਹੜੀਆਂ ਦਾ ਝਾੜ ਤੇ ਬਹੁਤ ਘਾਟਾ ਪੈ ਗਿਆ ਮੁਆਵਜ਼ਾ ਉਹਨਾਂ ਪੂਰਾ ਮਿਲਿਆ ਨਹੀਂਗਾ ਤੇ ਇੱਕ ਪਾਸੇ ਸੈਂਟਰ ਨੇ ਆ ਕੇ ਝੋਲੀ ਖੜੀ ਕਰ ਦਿੱਤੀ ਆ ਵੀ ਅਚਪਾ ਦੋਣ ਜਿਹੜਾ ਕਣਕ ਹੈਗੀ ਆ ਅਸੀਂ ਜਿਹੜੀ ਪ੍ਰਧਾਨ ਮੰਤਰੀ ਕਿਲਾਨ ਯੋਜਨਾ ਉਹਦੇ ਵਿੱਚ ਅਸੀਂ ਕਣਕ ਮੰਡੀ ਦੇ ਲੋਕਾਂ ਨੂੰ ਦੂਜੇ ਪਾਸੇ ਜਿਹੜੀ ਹੈਗੀ ਅੱਗੇ ਖਾਨਾ ਜੀ ਤੁਹਾਨੂੰ ਪਤਾ ਹੋਣਾ ਅਮਰੀਕਾ ਤੇ ਰਸ਼ੀਆ ਤੋਂ ਕਣਕ ਆਉਂਦੀ ਰਹੀ ਹੈ ਉਦੋਂ ਆਪਣਾ ਕੋਈ ਨਹੀਂ ਕਣਕ ਨਹੀਂ ਸੀ ਹੁੰਦੀ ਔਰ ਵਡਾਣਕ ਕਣਕਾਂ ਹੁੰਦੀਆਂ ਸੀ ਹੋਰ ਕਣਕਾਂ ਵੱਡੀਆਂ ਹੁੰਦੀਆਂ ਤੂੜੀ ਜ਼ਿਆਦਾ ਹੁੰਦੀ ਹੈ ਦਾਣੇ ਘੱਟ ਹੁੰਦੇ ਹੁਣ ਇਹਨਾਂ ਨੇ ਕਣਕ ਜਿਹੜੀ ਮੈਕਸੀਕਨ ਕਣਕ ਆ ਗਈ ਉਹ ਲਾਲ ਰੰਗ ਦੀ ਸੀ ਉਹ ਹੁਣ ਚਿੱਟੀ ਹੋ ਗਈ ਕਣਕ ਰੋਟੀ ਉਹਦੀ ਚਿੱਟੀ ਬਣਦੀ ਆ ਉਹਦਾ ਝਾੜ ਬਹੁਤ ਜ਼ਿਆਦਾ ਸੀ ਔਰ ਉਹ ਹੁਣ ਉਹਦੇ ਨਾਲ ਤੇ ਖੁਸ਼ਹਾਲ ਹੋਇਆ ਕਿਸਾਨ ਤੇ ਉਤੋਂ ਵਿਪਤਾ ਆ ਗਈ ਵੀ ਆ ਗਿਆ ਗੜੇ ਆ ਗਏ ਪਾਣਾ ਬੇਵਕਤੀ بارش ਆ ਗਈ ਉਹਦੇ ਨਾਲ ਸਾਰੀਆਂ ਜਿਹੜੇ ਕਣਕ ਦੀਆਂ ਫਸਲ ਸੀ ਉਹ ਕਰੋਪ ਡਿਗ ਪੀ ਹੁਣ ਉਹਦੇ ਨਾਲ ਇਸ ਵੇਲੇ ਕਣਕ ਪੱਕੀ ਪਈ ਪੰਜਾਬ ਦੇ ਉਹਦੇ ਵਿੱਚ ਆਪ ਵਿਸਾਖੀ ਦੇ ਪਹਿਲੇ ਪਹਿਲ ਜਿਹੜੀ ਕਣਕ ਕੱਟੀ ਜਾਣੀ ਹੈ ਔਰ ਉਹਦੇ ਵਿੱਚ ਵਿਸਾਖੀ ਤੇ ਢੋਲ ਵਜ ਜਾਂਦੇ ਕਣਕ ਦੇ ਵਾਢੀ ਦੇ ਪਰ ਪ੍ਰੋਬਲਮ ਇਹ ਆ ਗਈ ਕਿ ਹੁਣ ਇੱਕ ਜਿਹੜੀ ਸਰਕਾਰ ਆ ਗਈ ਸੈਂਟਰ ਉਹਨਾਂ ਨੇ ਕਿਹਾ ਜੀ ਕਣਕ ਦੇ ਸਾਨੂੰ ਤੇ ਦੀ ਸਿੱਧੀ ਡਿਲੀਵਰੀ ਉੱਥੇ ਕਰਾਂਗੇ ਖਰੀਦਾਂਗੇ ਇੱਥੋਂ ਜਿਹੜਾ ਭਾਰਤੀ ਨਿਗਮ ਹੈਗਾ ਇਹਦੇ ਚ ਕਿਸਾਨਾਂ ਨੂੰ ਕੋਲ ਲੈਣ ਵਾਲਾ ਕਣਕ ਐਫਸੀਆਈ ਉਹਨਾਂ ਨੇ ਵੀ ਇਹ ਕਰ ਦਿੱਤਾ ਕਿ ਅਸੀਂ ਕਣਕ ਇੱਥੋਂ ਲੈ ਕੇ ਉੱਥੇ ਭੇਜਾਂਗੇ ਸਾਰੇ ਪਰ ਜਦੋਂ ਇਹਨਾਂ ਨੂੰ ਪਤਾ ਕਿ ਪੰਜਾਬ ਵੀ ਕਣਕ اگਾਉਂਦਾ ਪੰਜਾਬ ਵੀ ਸਭ ਕੁਝ ਕਰਦਾ ਉਦੋਂ ਸੈਂਟਰ ਕਿੱਥੇ ਗਿਆ ਸੀ ਉਹਨਾਂ ਨੇ ਕਿਉਂ ਨਹੀਂ ਇਹਦੇ ਵਿੱਚ ਦਖਲਅੰਦਾਜ਼ੀ ਕੀਤੀ ਕਿ ਇਹਨਾਂ ਨੂੰ ਮੁਆਵਜ਼ਾ ਪੂਰਾ ਦਿੱਤਾ ਜਾਵੇ ਕਣਕ ਜਿਹੜੀ ਆ ਉਹਦੇ ਚ ਬੀਜ ਜਿਹੜੇ ਆਗੇ ਨਵੇਂ ਸੋਧੇ ਵਿੱਚ ਲਾਏ ਜਾਣ ਬੀਜੇ ਜਾਣ ਥੋਨੇ ਚ ਜਿਹੜਾ ਥੋਨੇ ਚ ਵੀ ਕਣਕ ਵਧੀਆ ਲਾਈ ਜਾਵੇ ਪਰ ਇਹਨਾਂ ਨੇ ਜਿਹੜਾ ਵੀ ਸਾੜੀ ਤੇ ਸੋਣੀ ਦੀਆਂ ਦੋਹਾਂ ਫਸਲਾਂ ਨੂੰ ਕਿਸਾਨਾਂ ਨੇ ਸੰਭਾਲ ਕੇ ਰੱਖਿਆ ਵਾ ਸਰਕਾਰਾਂ ਨੇ ਇਹਦੇ ਤੋਂ ਬਿਲਕੁਲ ਨਕਾਰਾਕਰਿਸ਼ੀ ਕਰ ਦਿੱਤੀ ਇਹ ਹਾਰ ਰਿਆ ਜੀ ਬਿਲਕੁਲ ਜੀ ਪਰ ਆਹ ਸਾਤਾ ਸਰਕਾਰ ਨੂੰ ਦੇਣਾ ਹੀ ਪੈਣਾ ਸਾਣਾ ਕਿਉਂਕਿ ਆਫਟਰ ਆਲ ਪਬਲਿਕ ਮਾ ਨਹੀਂ ਹੈ ਜੋ ਟੈਕਸ ਵਿੱਚੋਂ ਪੈਸਾ ਦੇਣਗੇ ਮਦਦ ਕਰਨਗੇ ਉਹ ਪਬਲਿਕ ਦਾ ਪੈਸਾ ਹੈ ਕੋਈ ਸਰਕਾਰ ਆਪਣੇ ਘਰੋਂ ਤਾਂ ਲੈ ਕੇ ਨਹੀਂ ਨਾਈ ਪਬਲਿਕ ਦੇ ਪੈਸੇ ਵਿੱਚੋਂ ਹੀ ਸਾਰੀ امداد ਮਿਲਣੀ ਹੈ ਔਰ ਇਸ ਵਕਤ ਇਹ ਕਿਉਂ ਰੱਖਿਆ ਜਾਂਦਾ ਕਿਉਂਕਿ ਔਖੀ ਘੜੀ ਵੇਲੇ ਕੰਮ ਆਏ ਇਸ ਕਰਕੇ ਜ਼ਰੂਰੀ ਪੰਜਾਬ ਹੀ ਕੰਮ ਹੁੰਦਾ ਨਾ ਕਿਉਂਕਿ ਪੰਜਾਬ ਹੀ ਅਗੇ ਕਣਕ 60% ਦਿੰਦਾ ਹੁਣ 100% ਦਊਗਾ ਜਿਹੜੀ ਸਟੋਰਾਂ ਚ ਪੇ ਸਟੋਰ ਕਰਤੇ ਖਾਲੀ ਸੈਂਟਰ ਨੇ ਇਥੋਂ ਕਣਕ ਖੜਖੜ ਕੇ ਸਾਰੇ ਦੂਜੇ ਸੂਬਿਆਂ ਚ ਇੰਨੀ ਕਣਕ ਨਹੀਂ ਹੁੰਦੀ ਤੁਹਾਡਾ ਗੁਆਂਡੀ ਦੇਸ਼ ਆ ਜਿਹੜਾ ਸੂਬਾ ਸੌਰੀ ਜਿਹੜਾ ਸੂਬਾ ਹਿਮਾਚਲ ਉਹਨਾਂ ਕੋਈ ਇੰਨੀ ਕਣਕ ਨਹੀਂ ਹੈਗੀ ਹਰਿਆਣਾ ਦੇ ਦਿੰਦਾ ਤੇ ਫਿਰ ਹੁਣ ਸੈਂਟਰ ਨੂੰ ਹੁਣ ਪਤਾ ਲੱਗ ਗਿਆ ਕਿ ਇਥੋਂ ਕਣਕ ਲੈਣੀ ਆ ਜਦੋਂ ਇਹਦੇ ਵਿਕਾਸ ਦੀ ਗੱਲ ਹੁੰਦੀ ਹੈ ਉਦੋਂ ਪਿਛਾਣ ਨੂੰ ਹੱਥ ਕਰ ਲੈਂਦੇ ਆ ਪਿੰਡਾਂ ਦੇ ਵਿਕਾਸ ਦੀ ਪੰਚਾਇਤਾਂ ਦੇ ਵਿਕਾਸ ਦੀ ਬਾਕੀ ਗਲੀਆਂ ਨਾਲੀਆਂ ਦੀ ਉਦੋਂ ਸੈਂਟਰਾਂ ਨੂੰ ਕੋਈ ਫੰਡ ਨਹੀਂ ਆਉਂਦਾ ਉਹ ਕਹਿੰਦੇ ਨਹੀਂ ਜੀ ਹੁਣ ਆਪਣੇ ਆਪੇ ਕਰਨਗੇ ਅਸੀਂ ਰੋਜ਼ ਦਾੜੀ ਫੰਡ ਨਹੀਂ ਵੰਡੇ ਜਾਣੇ ਇਹ ਹੁੰਦੀ ਹੈ ਦਜਾਇਜ਼ਗੀ ਕਰਨੀ ਜਿਹੜੇ ਸੈਕੰਡ ਸੋਚ ਰੱਖਣੀ ਪੰਜਾਬ ਲਈ ਬਾਕੀ ਲਈ ਨਹੀਂ ਬਿਲਕੁਲ ਠੀਕ ਹੈ ਪੰਜਾਬ ਦੀ ਸੋਚ ਦੀ ਗੱਲ ਕਰਾਂਗੇ ਕਿਉਂਕਿ ਹੁਣ ਕੈਬਨਿਟ ਦੀ ਮੀਟਿੰਗ ਹੋ ਰਹੀ ਹੈ ਇਸ ਵਕਤ ਜਦੋਂ ਆਪਾਂ ਪ੍ਰੋਗਰਾਮ ਰਿਕਾਰਡ ਕਰ ਰਹੇ ਹਾਂ ਮੀਟਿੰਗ ਹੋ ਰਹੀ ਹੈ ਅਹਿਮ ਮੁੱਦਿਆਂ ਦੇ ਉੱਤੇ ਹੁਣ ਇਹਦਾ ਸਿੱਟਾ ਕੀ ਨਿਕਲਦਾ ਹੈ ਦੇਖੋ ਪ੍ਰਪੋਜ਼ਲਸ ਤਾਂ ਬਹੁਤ ਨੇ ਮੇਨ ਪ੍ਰਪੋਜ਼ਲ ਤਾਂ ਇਹ ਹੈ ਜੋ ਪੰਜਾਬ ਨੂੰ ਤਰੱਕੀ ਬਖਸ਼ਣੀ ਹੈ ਇਸ ਵਾਸਤੇ ਜੋ ਜੋ ਪ੍ਰਪੋਜ਼ਲਸ ਨੇ ਉਹਨਾਂ ਉੱਤੇ ਡਿਸਕਸ਼ਨ ਹੋ ਰਹੀ ਹੈ ਔਰ ਇਹ ਸਾਰੇ ਅਹਿਮ ਮੁੱਦੇ ਅੱਜ ਡਿਸਕਸ ਹੋਣੇ ਨੇ ਮੀਟਿੰਗ ਦੇ ਵਿੱਚ ਹਾਂ ਇਹ ਮੰਤਰੀ ਮੰਡਲ ਦੀ ਜਿਹੜੀ ਵਿਸ਼ੇਸ਼ ਸਭਾ ਹੈਗੀ ਆ ਵਿਧਾਨ ਸਭਾ ਦੀ ਸਾਰੇ ਮੰਤਰੀ ਮੰਡਲ ਦੇ ਮੰਤਰੀ ਉਹਦੇ ਵਿੱਚ ਸ਼ਿਰਕਤ ਕਰਕੇ ਬੈਠੇ ਨੇ ਉਹਨਾਂ ਵਿੱਚ ਪੰਜਾਬ ਦੇ ਵਿਕਾਸ ਦੀ ਗੱਲ ਹੋਏਗੀ ਪੰਜਾਬ ਦੇ ਵਿੱਚ ਜਿਹੜੀ ਮਾਰ ਧਾੜ ਚੱਲ ਰਹੀ ਆ ਜਾਂ ਪੁਲਿਸ ਵੱਲੋਂ ਜਾ ਕੇ ਉੱਥੇ ਰੇਡ ਕੀਤੇ ਜਾਂਦੇ ਆ ਬੰਦੇ ਫੜੇ ਜਾਂਦੇ ਆ ਤਸਕਰੀ ਦੇ ਵਿੱਚ ਪਸ਼ੂਆਂ ਦੀ ਤਸਕਰੀ ਵੀ ਹੋ ਰਹੀ ਆ ਤੇ ਜਿਹੜੀ ਬਾਕੀ ਤਾਂ ਜਿਹੜਾ ਨਸ਼ੇ ਦੀ ਤਾਂ ਹੈ ਹੀ ਜਾਂ ਡਰੱਗਸ ਦਾ ਇਹ ਜਿਹੜੇ ਅਹਿਮ ਮਸਲੇ ਆ ਉਹਨਾਂ ਤੇ ਅੱਜ ਸਰਕਾਰ ਦੀ ਬਹਿਸ ਵੀ ਹੋਏਗੀ ਆਪੋਜੀਸ਼ਨ ਵੀ ਨਾਲ ਬੈਠੀ ਹੋਗੀ ਉਹਨਾਂ ਦੇ ਸਵਾਲ ਵੀ ਸੁਣਨਗੇ ਆਪਣੇ ਵੀ ਦੱਸਣਗੇ ਅਸੀਂ ਕੀ ਕਰ ਦਿੱਤਾ ਤੇ ਕੀ ਕਰਨ ਜੋਗਾ ਜੇ ਪਿਆਗਾ ਅੱਜੇ ਹਫੜਾ ਦਫੜੀ ਵੀ ਆ ਰੌਲਾ ਰੱਪਾ ਵੀ ਆ ਵਿਕਾਸ ਦੀ ਗੱਲ ਵੀ ਹੋਊਗੀ ਤੇ ਉਹਦੇ ਵਿੱਚ ਸੰਬੋਧਨ ਵੀ ਕਰਨਗੇ ਜਿਹੜੇ ਆ ਮੁੱਖ ਮੰਤਰੀ ਨੇ ਪੰਜਾਬ ਦੇ ਪਰ ਇਹਦੇ ਵਿੱਚ ਪਾ ਕੇ ਗੜਾ ਵੀ ਗੱਲ ਹੁੰਦੀ ਆ ਰੌਲੇ ਤੋਂ ਬਾਅਦ ਉਹਦਾ ਸਿੱਟਾ ਜਿਹੜਾ ਨਿਸਕਰਸ਼ ਕੱਢਣਾ ਉਹ ਖਾ ਹੋ ਜਾਂਦਾ ਵੀ ਕਿਹੜਾ ਕੰਮ ਆਏਗਾ ਕਿ ਕਿਨੂੰ ਅੱਗੇ ਲਾਉਣਾ ਜੇਕਰ ਖਨਾ ਜੀ ਆਪੋਜੀਸ਼ਨ ਤੇ ਜਿਹੜੀ ਰੂਲਿੰਗ ਪਾਰਟੀ ਹੈ ਦੋਨੇ ਰਲ ਕੇ ਕੰਮ ਕਰਨਗੇ ਲੋਕਾਂ ਦੇ ਭਲੇ ਲਈ ਉੱਥੇ ਡਾਂਗ ਛੋਟਾ ਨਾ ਚਲਾਉਣਗੇ ਗਾਲੋ ਵਾਲੀ ਨਹੀਂ ਹੋਣਗੇ ਤੇ ਫਿਰ ਤਾਂ ਗੱਲ ਹੈਗੀ ਨੇਪਰੇ ਚੜ ਜਾਂਦੀ ਤੇ ਜੇ ਕਹਣਗੇ ਇਹਨਾਂ ਦਾ ਨਾਂ ਨਾ ਬਣ ਜੇ ਜਿਹੜੀ ਪਾਰਟੀ ਰੂਲਿੰਗ ਪਾਰਟੀ ਹੈ ਇਹਨਾਂ ਨੂੰ ਜਿਹੜੀ ਪਬਲਿਕ ਆ ਉਹ ਕਿਤੇ ਜ਼ਿਆਦਾ ਪਸੰਦ ਨਾ ਕਰੇ ਇਹਨਾਂ ਨੂੰ ਜ਼ਿਆਦਾ ਤਾਰੀਫ ਨਾ ਕਰੇ ਇਹ ਜਿਹੜੀ ਨੀਅਤ ਹੁੰਦੀ ਆ ਆਪੋਜੀਸ਼ਨ ਦੀ ਤੇ ਜਦੋਂ ਜਿਹੜੀ ਰੂਲਿੰਗ ਪਾਰਟੀ ਆਉਂਦੀ ਆ ਵੀ ਜਿਹੜੀ ਇਸ ਆਪੋਜੀਸ਼ਨ ਹੈ ਸਾਡੇ ਸਾਹਮਣੇ ਨਜ਼ਰ ਨਾ ਆਵੇ ਅਸੀਂ ਜੋ ਕੁਝ ਕਰਦੇ ਆ ਜੋ ਸਾਡੀ ਸੋਚ ਆ ਜੋ ਅਸੀਂ ਕਰ ਰਹੇ ਆ ਅਸੀਂ ਆਪਣੇ ਤਰੀਕੇ ਨਾਲ ਕਰੀਏ ਆਪਣੇ ਮਲਬੂਤੇ ਨਾਲ ਕਰੀਏ ਇਹ ਦੋ ਤਰ੍ਹਾਂ ਦੇ ਆਪਸੀ ਟੱਕਰ ਜੜੀ ਹੈ ਗਿਆ ਖਹਿਬਾਜ਼ੀ ਹੈਗੀ ਹੈ ਅੱਜ ਤੋਂ ਨਹੀਂ 1947 ਤੋਂ ਲੈ ਕੇ ਸਦੀਆਂ ਤੋਂ ਚੱਲਦੀ ਆ ਰਹੀ ਹੈ ਜਦੋਂ ਪ੍ਰਤਾਪ ਸਿੰਘ ਕਹਿਰੂ ਸੀ ਕਿ ਪੰਜਾਬ ਦੇ ਮੁੱਖ ਮੰਤਰੀ ਉਦੋਂ ਵੀ ਆਪੋਜੀਸ਼ਨ ਨੇ ਸਿਰ ਚੁੱਕੇ ਸੀ ਪਰ ਉਹ ਬੜਾ ਜਿਹੜਾ ਸੀਗਾ ਸੁਲਝੇ ਮੁੱਖ ਮੰਤਰੀ ਸੀ ਪੰਜਾਬ ਦੇ ਪੰਜਾਬ ਵਿੱਚ ਸ਼ਾਂਤੀ ਰੱਖੀ ਪਰ ਪੰਜਾਬ ਦੇ ਅਨਡਵਾਈਡਿਡ ਪੰਜਾਬ ਦੇ ਮੁੱਖ ਮੰਤਰੀ ਜੀ ਹੁਣ ਸਾਡੇ ਕੋ ਆ ਜਿਹੜੇ 18 ਜ਼ਿਲ੍ਹੇ ਆ ਇਹਨਾਂ ਨੂੰ ਸੰਭਾਲਣਾ ਹੀ ਇੱਕ ਮੁੱਖ ਮੰਤਰੀ ਦੇ ਵਾਸਤੇ ਦੀ ਗੱਲ ਹੈ ਐਗਜ਼ੈਕਟਲੀ ਬਿਲਕੁਲ ਸਹੀ ਗੱਲ ਹੈ ਕਾਲਾ ਰੱਪਾ ਬਿਲਕੁਲ ਸਹੀ ਗੱਲ ਹੈ ਔਰ ਇਹ ਜ਼ਰੂਰੀ ਹੈ ਕਿ ਮੀਟਿੰਗ ਦੇ ਵਿੱਚ ਸਾਰੇ ਮੁੱਦੇ ਡਿਸਕਸ ਹੋਣ ਜੀ ਜਿਹਦੇ ਵਿੱਚ ਨਾਗਰਿਕਾਂ ਦਾ ਵੀ ਫਾਇਦਾ ਹੋਵੇ ਦੇਸ਼ ਦਾ ਵੀ ਫਾਇਦਾ ਹੋਵੇ ਔਰ ਜਿਹੜੇ ਇਹ ਬਲੇਮਸ ਲੱਗਦੇ ਪਿੰਨੇ ਨਾ ਆਮ ਆਦਮੀ ਪਾਰਟੀ ਦੇ ਉੱਤੇ ਇਹਨਾਂ ਬਲੇਮਸ ਨੂੰ ਕਿੱਦਾਂ ਸਹੀ ਕਰਨਾ ਹੈ ਔਰ ਕਿੱਦਾਂ ਕੰਮ ਕਰਕੇ ਦਿਖਾਉਣਾ ਹੈ ਆ ਇਸੇ ਮੈਂਵਰੀ ਬਣਦੀ ਹੈ ਪੋਜ਼ਿਟਿਵ ਸੋਚਣਾ ਚਾਹੀਦਾ ਕਿ ਲੋਕਾਂ ਦੇ ਲੋਕਾਂ ਦੇ ਭਲੇ ਲਈ ਹੈ ਲੋਕਾਂ ਲਈ ਹੈ ਕਿਸੇ ਵਿਅਕਤੀਗਤ ਜਾਂ ਇੰਡੀਵਿਜੂਅਲ ਦਾ ਨਹੀਂ ਕੋਈ ਸਿੱਧਾ ਫਾਇਦਾ ਸਾਰੀ ਪਬਲਿਕ ਦਾ ਫਾਇਦਾ ਬਿਲਕੁਲ ਤੇ ਕਾਂਗਰਸ ਨੇ ਅਡਾਨੀ ਗਰੁੱਪ ਦੇ ਚੀਨ ਨਾਲ ਵੀ ਸਬੰਧ ਦੱਸੇ ਨੇ ਕਿ ਨਵੀਂ ਡਿਵੈਲਪਮੈਂਟ ਹੋ ਰਹੀ ਹੈ ਕਿ ਚੀਨ ਨਾਲ ਸੰਬੰਧਿਤ ਨੇ ਚੀਨ ਦੇ ਜੋ ਸਾਰੇ ਦੇ ਸਾਰੇ ਦੋਸ਼ ਲਗਾਏ ਨੇ ਸਹੂਲਤਾਂ ਜਿਹੜੀਆਂ ਸਹੂਲਤਾਂ ਦਿੱਤੀਆਂ ਨੇ ਤੇ ਅਡਾਨੀ ਗਰੁੱਪ ਨੂੰ ਚੀਨ ਨਾਲ ਕੀ ਸਬੰਧ ਹੈ ਇਹਦੇ ਬਾਰੇ ਜ਼ਰਾ ਇਲਜ਼ਾਮ ਲੱਗ ਰਹੇ ਨੇ ਇਹ ਅਸਲ 'ਚ ਕਾਂਗਰਸ ਨੇ ਜਿਹੜਾ ਮੁੱਦਾ ਅੱਗੇ ਲੈ ਕੇ ਆਂਦਾ ਔਰ ਪਾਰਲੀਮੈਂਟ 'ਚ ਵੀ ਇਹਦਾ ਰੌਲਾ ਪਿਆ ਅਡਾਨੀ ਦਾ ਤਾਂ ਪਹਿਲਾਂ ਵੀ ਜਿਹੜਾ ਸੀ ਰੌਲਾ ਪੈ ਚੁੱਕਿਆ ਉਹਦੇ ਸ਼ਹਿਰਾਂ ਦਾ ਰੌਲਾ ਪਿਆ ਔਰ ਅਮਰੀਕਾ ਤੋਂ ਰਿਪੋਰਟਾਂ ਆਗੀਆਂ ਉਹਸ ਰਿਪੋਰਟਾਂ ਦੇ ਵਿੱਚ ਤਾਂ ਇਹਨਾਂ ਦੀ ਗੱਲ ਨਹੀਂ ਸੁਣੀ ਗਈ ਕਾਂਗਰਸ ਦੀ ਆਪੋਜੀਸ਼ਨ ਦੇ ਜ਼ਰੀਏ ਔਰ ਉਹਨਾਂ ਨੇ ਹੁਣ ਦੁਬਾਰਾ ਇਹ ਮੁੱਦਾ ਲੈ ਲਿਆ ਕਿ ਉਹਨਾਂ ਨੇ ਚైనా ਦਾ ਪੱਖ ਲਿਆ ਵਾ ਤੇ ਰੂਟਿੰਗ ਪਾਰਟੀ ਦਾ ਪੱਖ ਲਿਆ ਵਾ ਉਹ ਇਹਨਾਂ ਨੇ ਆਪਸੀ ਦੋਹਾਂ ਦੀ ਆਪਸੀ ਜੜੀ ਹੈਗੀ ਆ ਗੱਠਚੋੜ ਬਣ ਗਿਆ ਉਹਨਾਂ ਨੇ ਕੀ ਨਹੀਂ ਬੰਦਰਗਾਵਾ ਨੇ ਉਹਨਾਂ ਦਾ ਜਿਹਦੇ ਵਿੱਚ ਪਬਲਿਕ ਪਲੇਸਸ ਨੇ ਉਹਨਾਂ ਦੇ ਵਿੱਚ ਜਿੱਥੇ-ਜਿੱਥੇ ਇਹਨਾਂ ਦੀਆਂ ਸਹੂਲਤਾਂ ਦੇਣੀਆਂ ਬਣਦੀਆਂ ਸੀ ਇਹ ਉਹਨਾਂ ਦੇ ਪੱਖ ਨਾਲ ਉਹਨਾਂ ਦੀ ਮਾਰਕੀਟਿੰਗ ਕਰ ਰਿਆ ਉਹਨਾਂ ਦਾ ਸਮਾਨ ਇਲੈਕਟ੍ਰੋਨਿਕਸ ਦਾ ਉਹ ਵੇਚ ਰਿਆ ਜਿੱਥੋਂ-ਜਿੱਥੋਂ ਆ ਰਿਆ ਪਹਿਲਾਂ ਜਾਪਾਨ ਤੋਂ ਬਹੁਤ ਆਉਂਦਾ ਸੀਗਾ ਪਰ ਹੁਣ ਜਾਪਾਨ ਤੋਂ ਇਹਨਾਂ ਨੇ ਬੰਦ ਕਰ ਦਿੱਤਾ ਤੇ ਚైనా ਪੱਖੀ ਸਮਾਨ ਜੋ ਕੁਛ ਆ ਕੇ ਵਿਕਦਾ ਇੱਥੇ ਆ ਜਦੋਂ ਹੁਣ ਬਸੰਤ ਦੀ ਰੋਤਾਈ ਸੀ ਉਹਦੇ ਚ ਇਹਨਾਂ ਨੇ ਇੰਨਾ ਪਤੰਗਾ ਉਡਾਈਆਂ ਇਹਨਾਂ ਕੁਝ ਹੋਇਆ ਔਰ ਜਦੋਂ ਦੀਵਾਲੀ ਤੇ ਆਇਆ ਇਲੈਕਟ੍ਰੋਨਿਕ ਦਾ ਸਾਮਾਨ ਆਇਆ ਔਰ ਜਿਹਦੇ ਵਿੱਚ ਉਹ ਬੱਚਿਆਂ ਦੀ ਕਈ ਲੱਤਾਂ ਕੱਟੀਆਂ ਗਈਆਂ ਕਈ ਡਿੱਗੇ ਵੀ ਬੱਚੇ ਉਹ ਜਿਹੜੀ ਜਿਹੜਾ ਧਾਗਾ ਜਿਹੜਾ ਹੈਗਾ ਚਾਈਨਾ ਡੋਰ ਚਾਈਨਾ ਡੋਰ ਹੈਗੀ ਉਹ ਬਹੁਤ ਸਖਤ ਆ ਟੁੱਟਦਾ ਨਹੀਂ ਗਾ ਉਹ ਗਲੇ 'ਚ ਫਿਰ ਜੇ ਤਾਂ ਗਲੇ ਵੱਢ ਦੂਗਾ ਔਰ ਇਦਾਂ ਦੇ ਨੁਕਸਾਨ ਦੇ ਚੀਜ਼ਾਂ ਹੈਗੀਆਂ ਆਪੋਜੀਸ਼ਨ ਕਿਸੇ ਵੜੇ ਗੱਲ ਤਾਂ ਕਰਦੀ ਹੈ ਚੱਜ ਦੀ ਜਿਹੜੀ ਲੋਕਾਂ ਦੇ ਭਲੇ ਲਈ ਹੋਵੇ ਕਿਉਂਕਿ ਜੇ ਚైనా ਦਾ ਪੱਕ ਲੈਣਗੇ ਚైనా ਦੇ ਅੱਗੇ ਬਾਰਡਰ ਤੇ ਬੈਠਾ ਉਹਨੇ ਕਈ ਵਾਰੀ ਤਾਂ ਸਾਡੀ ਫੌਜ ਨੂੰ ਨੁਕਸਾਨ ਪਹੁੰਚਾਇਆ ਕਈ ਵਾਰੀ ਸਾਡੇ ਜਵਾਨਾਂ ਨੂੰ ਮਾਰਿਆ ਕਈ ਕੁਝ ਹੋਇਆ ਇਹ ਜਿਹੜੀ ਆਪੋਜੀਸ਼ਨ ਇਹ ਜੇ ਗੱਲ ਚੁੱਕਦੀ ਹੈ ਤੇ ਰੂਲਿੰਗ ਪਾਰਟੀ ਨੂੰ ਇਹਦੇ ਤੇ ਥੋੜਾ ਰੋਕ ਲਾਉਣੀ ਚਾਹੀਦੀ ਆ ਕਿ ਜੇ ਪਬਲਿਕ ਜਿਸ ਦੇਸ਼ ਦੇ ਵਿਰੋਧ ਹੈਗੀ ਆ ਜਾਂ ਜੋ ਉਹ ਦੇਸ਼ ਪਬਲਿਕ ਦੇ ਵਿਰੋਧ ਦਾ ਨਾਲ ਚੱਲ ਰਿਹਾ ਤੇ ਸਾਨੂੰ ਉਹਦੇ ਤੇ ਉਹਨੂੰ ਮਾਮਲਾ ਠੱਪ ਕਰ ਦੇਣਾ ਚਾਹੀਦਾ ਔਰ ਇਹ ਪਾਰਲੀਮੈਂਟ ਚ ਵੀ ਗੂੰਜ ਪਈ ਹੈ ਇਸ ਗੱਲ ਦੀ ਬਾਹਰ ਵੀ ਰੌਲਾ ਪੈ ਗਿਆ ਕਿ ਜਿਹੜੀ ਕਾਂਗਰਸ ਆ ਉਹਨੇ ਇੱਕ ਆਪਣਾ ਘਟੜਾ ਬਣਾ ਕੇ ਇਹ ਮੁੱਦਾ ਅਗੇ ਰੱਖਿਆ ਤੇ ਜਿਹੜੀ ਜਿਹੜੀ ਰੂਲਿੰਗ ਪਾਰਟੀ ਉਹਦੇ ਕੰਨਾਂ ਤੋ ਜੋ ਨਹੀਂ ਸਰਗੀ ਉਹਨਾਂ ਨੂੰ ਪਤਾ ਮੰਦੇ ਜੋ ਕੀਤਾ ਬਹੁਤ ਵਧੀਆ ਕੀਤਾ ਠੀਕ ਕੀਤਾ ਇਦੇ ਵਿੱਚ ਕੋਈ ਗਲਤ ਨਹੀਂ ਕੀਤਾ ਉਹ ਆਪਣਾ ਢੋਲ ਵਜਾ ਰਿਹਾ ਹੈ ਇਹ ਆਪਣਾ ਢੋਲ ਪਿੱਟ ਰਿਹਾ ਉਹ ਉਹ ਤੇ ਵਿੱਚ ਜਿਹੜੀ ਰੌਲਾ ਸੁਣ ਰਹੀ ਆ ਪਬਲਿਕ ਦਾ ਮੀਡੀਆ ਨਹੀਂ ਆ ਰਿਹਾ ਚੈਨਲਾਂ ਤੇ ਗੱਲ ਹੋ ਰਹੀ ਹੈ ਤੇ ਇਹ ਫਿਰ ਵੀ ਉਸ ਗੱਲ ਤੇ ਨਹੀਂ ਆ ਕੇ ਟਿਕਦੇ ਕਿ ਅਸੀਂ ਗਲਤ ਕਰ ਦਿੱਤਾ ਅੱਗੇ ਤੋਂ ਨਹੀਂ ਕਰਾਂਗੇ ਇਹ ਹੁੰਦਾ ਸਿਆਸਤ ਦੀ ਗਲਤ ਸੋਚ ਕਈ ਲੋਕ ਬੜੇ ਸਿਆਣੇ ਹੁੰਦੇ ਨੇ ਉਹਦੇ ਉਹ ਮਾਫੀ ਵੀ ਮੰਗ ਲੈਂਦੇ ਨੇ ਲੋਕੀ ਦੇ ਉੱਤੇ ਇਹ ਗਲਤੀ ਹੋ ਗਈ ਚਲੋ ਅੱਗੇ ਤੋਂ ਨਹੀਂ ਹੋਊਗਾ ਜ਼ਿਆਦਾਤਰ ਰਿਜਿੜੀ ਮਿਲਦੇ ਨੇ ਜੋ ਆਪਣੀ ਗੱਲ ਮੈਂ ਨਾ ਮੰਨੂ ਉਹ ਵਾਲਾ ਬਸ ਹੋ ਜਾਂਦਾ ਹਾਂ ਸੋ ਸਚਨ ਪਾਇਲਟ ਨੇ ਰਾਜਸਥਾਨ ਦੇ ਵਿੱਚ ਰਾਜਸਥਾਨ ਸਰਕਾਰ ਦੇ ਵਿਰੁੱਧ ਭ੍ਰਸ਼ਟਾਚਾਰ ਨੂੰ ਲੈ ਕੇ ਇੱਕ ਨਵਾਂ ਮੋਰਚਾ ਖੋਲ ਦਿੱਤਾ ਹੁਣ ਦੱਸੋ ਭ੍ਰਸ਼ਟਾਚਾਰ ਦਾ ਮੁੱਦਾ ਕੀ ਮੁੱਦਾ ਹੈ ਇਹ ਤੇ ਤੁਸੀਂ ਆਪਾਂ ਜਿਵੇਂ ਅਕਸਰ ਗੱਲ ਕਰਦੇ ਰਹਿੰਦੇ ਆ ਕਿ ਇਹ ਪਤਾ ਨਹੀਂ ਕਿੱਦੋਂ ਨਿਕਲਦੀ ਹੈ ਸਾਡੇ ਹੱਡਾਂ 'ਚ ਵੜੀ ਪਈ ਹੈ ਤਾਂ ਹੁਣ ਕੀ ਮੋਰਚਾ ਖੋਲ ਕੇ ਕੀ ਕਰੋਗੇ ਦੱਸੋ ਅਸ਼ੋਕ ਗਹਿਲੋਤ ਜਿਹੜੇ ਉੱਥੋਂ ਦੇ ਮੁੱਖ ਮੰਤਰੀ ਨੇ ਸਚਨ ਪਾਇਲਟ ਉਪ ਮੁੱਖ ਮੰਤਰੀ ਹੋਇਆ ਔਰ ਇਹਨਾਂ ਨੇ ਆਪਣੀ ਪਾਰਟੀ ਦੇ ਅਗੇਂਸਟ ਜਿਹੜਾ ਇਹ ਨਵਾਂ ਅਧਿਆਏ ਸ਼ੁਰੂ ਕਰ ਦਿੱਤਾ ਔਰ ਉਹਦੇ ਵਿੱਚ ਇਹਨਾਂ ਨੇ ਕਿਹਾ ਕਿ ਸੁਨਦਰਾ ਰਾਜੇ ਦੀ ਜਿਹਨੂੰ ਸਰਕਾਰ ਸੀ ਉਹਦਾ ਉਹਨਾਂ ਨੇ ਜਿਹੜੀ ਭੂਮੀ ਖੜਨਾ ਨਾ ਜਿਹੜੇ ਇਤ ਦਾ ਮਾਮਲਾ ਸੀਗਾ 48000 ਕਰੋੜ ਜਿਹੜਾ ਪੈਸਾ ਸੀਗਾ ਇਹਨਾਂ ਨੇ ਉਹ ਗਵਨ ਕਰ ਲਿਆ ਔਰ ਉਹਨਾਂ ਨੇ ਰਲ ਕੇ ਖਾ ਲਿਆ ਸਾਡੀ ਸਰਕਾਰ ਨੇ ਨਹੀਂ ਉਹਦੇ ਵਿੱਚ ਕੋਈ ਦਖਲ ਅੰਦਾਜ਼ੀ ਕੀਤੀ ਜਦੋਂ ਕਿ ਬੀਏ ਕੇ ਰੂਲਿੰਗ ਪਾਰਟੀ ਇਹਨਾਂ ਨੂੰ ਚਾਹੀਦਾ ਸੀਗਾ ਕਿ ਉਹਦੇ ਤੇ ਵਿਜੀਲੈਂਸ ਉਠਾਉਂਦੇ ਉਹਦੇ ਤੇ ਸੀਜੀਆਈਡੀ ਨੂੰ ਦਿੰਦੇ ਉਹ ਤੇ ਸੀਬੀਆਈ ਨੂੰ ਦਿੰਦੇ ਆਂਦੇ ਕਿਸੇ ਪਾਸੇ ਨਹੀਂ ਦਿੱਤਾ ਉਹਨਾਂ ਨੂੰ ਕਲੀਨ ਚਿੱਟ ਦੇ ਦਿੱਤੀ ਆ ਹਾਂਜੀ ਔਰ ਜਦੋਂ ਆਪ ਆਪਣੀ ਸਰਕਾਰ ਦੇ ਵਿੱਚ ਹੀ ਬੈਠੇ ਬੰਦੇ ਲਾਤਖੀ ਕਰਨਗੇ ਤੇ ਫਿਰ ਉਸ ਪਾਰਟੀ ਦਾ ਕੀ ਤੁਸੀਂ ਦੇਖਦੇ ਜੇ ਕਿ ਉਹਦਾ ਉਹਦਾ ਕੀ ਫਿਊਚਰ ਹੋਏਗਾ ਉਹਦਾ ਕੀ ਕਿਦਾਂ ਦਾ ਹੋਊਗਾ ਔਰ ਇਹ ਰਾਜਸਥਾਨ ਦੀ ਸਰਕਾਰ ਤੇ ਜਿਹੜੇ ਭ੍ਰਿਸ਼ਟਾਚਾਰ ਦਾ ਮਾਮਲਾ ਹੈ ਇਸੇ ਤਰ੍ਹਾਂ ਕਿ ਸਾਡਾ ਗਵਾਂਡੀ ਪ੍ਰਦੇਸ਼ ਹੈ ਜੀ ਪੰਜਾਬ ਚੋਂ ਨਹੀਂ ਖਤਮ ਹੋਈ ਤੇ ਰਾਜਸਥਾਨ ਚੋਂ ਭ੍ਰਿਸ਼ਟਾਚਾਰ ਕਿਉਂ ਖਤਮ ਹੋ ਜੂਗਾ ਰਿਸ਼ਵਤ ਕਿਉਂ ਖਤਮ ਹੋ ਸਕਦੀ ਹੈ ਅਜੇ ਉਹ ਰਾਜਿਆਂ ਦਾ ਸੂਬਾ ਉਹ ਰਾਜੇ ਮਹਾਰਾਜੇ ਰਹੇ ਉਥੇ ਪੁਰਾਣੇ ਸ਼ਾਹਕਾਰ ਸਾਰੇ ਹਾਂ ਜੇਲ ਵਿੱਚ ਜੈਪੁਰ ਦੇ ਵਿੱਚ ਹੈਗਾ ਬੀਕਾਨੇਰ ਦੇ ਵਿੱਚ ਹੈਗਾ ਬਾਕੀ ਅਜੇ ਪੈਰਸ ਬਟ ਬੈਠੇ ਹੈਗੇ ਉਥੇ ਪਰ ਉੱਥੇ ਰਜਵਾੜਾ ਸ਼ਹੀ ਚੱਲਦੀ ਸੀ ਜਦੋਂ ਡੈਮੋਕ੍ਰੇਸੀ ਆ ਗਈ ਜਦੋਂ ਡੈਮੋਕ੍ਰੇਸੀ ਆ ਗਈ ਜਦੋਂ ਮੁੱਖ ਮੰਤਰੀ ਨਵੇਂ ਨਵੇਂ ਬਣ ਗਏ ਪਾਰਟੀਆਂ ਨੇ ਆਪਣੇ ਆਪਣੀ ਦਖਲਅੰਦਾਜ਼ੀ ਕਰਤੀ ਤੇ ਕਰਾਪਸ਼ਨ ਹੋਰ ਵੱਧ ਗਈ ਔਰ ਇੱਕ ਪਾਰਟੀ ਆਉਂਦੀ ਹੈ ਉਹ ਉਹਦੇ ਤੇ ਬਲੇਮ ਲੱਗ ਜਾਂਦਾ ਕਰਾਪਸ਼ਨ ਦਾ ਜਦੋਂ ਉਹ ਰੂਲਿੰਗ ਪਾਰਟੀ ਬਣਦੀ ਹੈ ਉਹਦੇ ਮੰਤਰੀ ਫੜ ਕੇ ਅੰਦਰ ਕਰ ਦਿੰਦੇ ਆ ਸਿਰਫ ਤੇ ਸਿਰਫ ਇਹ ਕਰਦੇ ਆ ਅੰਦਰ ਕਰਨ ਲਈ ਉਹਨਾਂ ਨੂੰ ਗ੍ਰਿਫਤਾਰ ਕਰ ਲਈ ਸੀ ਆਈਡੀ ਨੂੰ ਕਿਉਂਕਿ ਰੂਲਿੰਗ ਪਾਰਟੀ ਦੇ ਅਗੇਂਸਟ ਨਹੀਂ ਚੱਲ ਸਕਦੇ ਜਿਹੜੀ ਆਈਡੀ ਹੁੰਦੀ ਹੈ ਉਹਨਾਂ ਨੂੰ ਪਤਾ ਨਾ ਤਨਖਾਹ ਲੈਣੀ ਉਹਨਾਂ ਕੋਲ ਇਹ ਵੀ ਬਿਆਨ ਆਇਆ ਸੀ ਕਿ ਤੁਸੀਂ ਆਪਣੀ ਸਰਕਾਰ ਵੇਲੇ ਸਾਡੇ ਵਿਰੁੱਧ ਐਕਸ਼ਨ ਲੈਂਦੇ ਹੋ ਹੁਣ ਜਦੋਂ ਸਾਡੀ ਸਰਕਾਰ ਬਣੂਗੀ ਅਸੀਂ ਤੁਹਾਡੇ ਵਿਰੁੱਧ ਐਕਸ਼ਨ ਲਵਾਂਗੇ ਹੁਣ ਇਹ ਇੱਕ ਹੀ ਗੱਲ ਹੈਗੀ ਹੈ ਇਹ ਗੱਲ ਦਾ ਕੋਈ ਲੌਜੀਕ ਬਣਦਾ ਤੁਸੀਂ ਇਹ ਕੰਮ ਹੀ ਨਹੀਂ ਕਰਦੇ ਤੁਸੀਂ ਵੀ ਨਾ ਕਰੋ ਕਹੀਂ ਤੱਕ ਕਿ ਜੋ ਗਲਤੀਆਂ ਕਰਕੇ ਸਾਡੇ ਮੰਤਰੀ ਤੁਸੀਂ ਨਾ ਕਰੋ ਇਹਦਾ ਤੁਹਾਨੂੰ ਖਮਿਆਜਾ ਪੁਗਤਣਾ ਪਊਗਾ ਤੇ ਬੰਦੇ ਬਣ ਕੇ ਆਪੀ ਪੰਜ ਸਾਲ ਕੱਢੋ ਬਲਕਾਰ ਜੀ ਐਦਾਂ ਦੀਆਂ ਸਟੇਟਮੈਂਟਸ ਸੁਣ ਕੇ ਬੰਦਾ ਸੋਚਦਾ ਹੈ ਕਿ ਜਿਹੜੇ ਲੀਡਰਸ ਨੂੰ ਅਸੀਂ ਚੁਣ ਕੇ ਇਸ ਪਾਵਰਫੁੱਲ ਕੁਰਸੀ ਤੇ ਬਿਠਾਇਆ ਹੋਇਆ ਇਹਨਾਂ ਦੀ ਸੋਚ ਕਿੱਦਾਂ ਦੀ ਆਹ ਸਹੀ ਗੱਲ ਹੈ ਜੇ ਜਦੋਂ ਆਂਦੇ ਲੀਡਰ ਉਦੋਂ ਪਤਾ ਨਹੀਂ ਕਿਹੜੇ ਬਿੱਲੇ ਲਾ ਕੇ ਆਉਂਦੇ ਤੁਹਾਡੇ ਕੋਲ ਤੁਹਾਡਾ ਦੀਜੀ ਕਰਦੇ ਮਤਲਬ ਸਾਨੂੰ ਸਾਡੇ ਚੋਣ ਦੇ ਉੱਤੇ ਡਾਊਟ ਹੋਣ ਲੱਗ ਪੈਂਦਾ ਕਿ ਅਸੀਂ ਜਿਹੜਾ ਚੋਣ ਕੀਤੀ ਹੈ ਕਿਸੇ ਬੰਦੇ ਦੀ ਉਹ ਸਹੀ ਬੰਦਾ ਚੁਣਿਆ ਕਿ ਨਹੀਂ ਚੁਣਿਆ ਹਾਂ ਸਾਨੂੰ ਆਪਣੇ ਚਨਾਹ ਤੇ ਉੱਤੇ ਸਾਡੇ ਚੋਣ ਦੇ ਉੱਤੇ ਚੋਣ ਕਰਨ ਦੇ ਉੱਤੇ ਸਾਨੂੰ ਆਪਣਾ ਡਾਊਟ ਹੋਣ ਲੱਗ ਪੈਂਦਾ ਹਾਂ ਵੋਟ ਦਾ ਬੜਾ ਵੱਡਾ ਮੁੱਲ ਹੁੰਦਾ ਬਿਲਕੁਲ ਸਹੀ ਇਹਦੇ ਤੇ ਧਿਆਨ ਨਾਲ ਦੇਖਣਾ ਚਾਹੀਦਾ ਵੀ ਅੱਗੇ ਬੰਦੇ ਨੂੰ ਜਿੰਨੂੰ ਵੋਟ ਪਾ ਰਹੇ ਉਹਦਾ ਕਿਰਦਾਰ ਕੀ ਆ ਉਸ ਦੀ ਸੋਚ ਕੀ ਆ ਉਹ ਉਹ ਕਿਸ ਮੈਰਿਟ ਚ ਆਉਂਦਾ ਆਨੋ ਦਾ ਸਟੇਟਸ ਕੀ ਹੈ ਦੱਬਾ ਵੋਟ ਪਾ ਕੇ ਕਿਉਂਕਿ ਇੰਡੀਪੈਂਡੈਂਟ ਤੌਰ ਤੇ ਤਾਂ ਜਿਹੜੇ ਲੜਦੇ ਉਹਨਾਂ ਦਾ ਤਾਂ ਸਾਨੂੰ ਪਤਾ ਹੀ ਹੁੰਦਾ ਜਿਹੜੇ ਪਾਰਟੀ ਦੇ ਥਰੂ ਆਉਂਦੇ ਆ ਉਹਨਾਂ ਦੇ ਪਿੱਛੇ ਕੀ ਲੁਕਿਆ ਹੁੰਦਾ ਸਿਰਫ ਤੇ ਸਿਰਫ ਲਾਲਚ ਉਹਨਾਂ ਦੇ ਲਾਲਚ ਨਾਲ ਹੀ ਹੁੰਦਾ ਵੀ ਅਸੀਂ ਇਹ ਚੋਂ ਕੀ ਕਮਾਣਾ ਕੁਰਸੀ ਤੇ ਜਦੋਂ ਬਹਿਣਾ ਤੇ ਆਪਣੇ ਭਰਾਵਾਂ ਨੂੰ ਆਪਣੇ ਆ ਭੈਣਾਂ ਨੂੰ ਆਪਣੇ ਪੁੱਤਰਾਂ ਨੂੰ ਆਪਣੇ ਦੋਧਿਆਂ ਨੂੰ ਪੁੱਤਰਾਂ ਨੂੰ ਕਿੱਥੋਂ ਤੱਕ ਪਹੁੰਚਾਉਣਾ ਇੱਕ ਵਾਰ ਕਹਿੰਦੇ ਨੇ ਨਾ ਕਿ ਪੈਸਾ ਬੜਾ ਖਰਚ ਹੁੰਦਾ ਇਲੈਕਸ਼ਨਸ ਦੇ ਉੱਤੇ ਆ ਆਮ ਤੌਰ ਤੇ ਕੰਨਦਨ ਸਪੋਰਟਸ ਕਈ ਵਾਰ ਬੈਠੋ ਨਾਲ ਗੱਲ ਕਰਦੇ ਨੇ ਕਿ ਐਮ ਐਲ ਏ ਬਣਨਾ ਹੋਵੇ ਤਾਂ 1 ਕਰੋੜ ਦੀ ਐਂਟਰੀ ਹੈ ਇਸ ਤੋਂ ਘੱਟ ਤੁਹਾਡਾ ਖਰਚਾ ਨਹੀਂ ਹੋਏਗਾ ਇਲੈਕਸ਼ਨਸ ਦੇ ਉੱਤੇ ਹੁਣ 1 ਕਰੋੜ ਕੀ ਕਹਿੰਦੇ ਜੀ ਇਹ ਇਨਵੈਸਟਮੈਂਟ ਕੀਤੀ ਹੈ ਹੁਣ ਜਿਹਨੇ 1 ਕਰੋੜ ਲਗਾਇਆ ਹੈ ਉਹਨੇ ਕਮਾਉਣਾ ਵੀ ਤਾਂ ਹੈਗਾ ਹੀ ਹੈ ਨਾ ਇਕੱਠਾ ਕਰਨਾ ਫਿਰ ਆਪਣੇ ਜੇਬ ਪੂਰਨਾ 1 ਕਰੋੜ ਪਹਿਲਾਂ ਉਹ ਇਕੱਠਾ ਕਰਨਾ ਫਿਰ ਅਗਲੀਆਂ ਇਲੈਕਸ਼ਨਸ ਲੜਨ ਵਾਸਤੇ ਪੈਸਾ ਚਾਹੀਦਾ ਸੋ ਇਹ ਧੰਦਾ ਬਣ ਗਿਆ ਹੈ ਕਈ ਲੋਕਾਂ ਨੇ ਇਹਨੂੰ ਧੰਦਾ ਬਣਾ ਲਿਆ ਬਹੁਤ ਘੱਟ ਲੋਕ ਨੇ ਜਿਹੜੇ ਬਿਲਕੁਲ ਸਾਫ਼ ਸੁਥਰੇ ਨੇ ਰਾਜਨੀਤੀ ਦੇ ਵਿੱਚ ਥੋੜੇ ਲੋ ਸੋ ਅੱਗੇ ਚੱਲਦੇ ਹਾਂ ਚੰਗੀ ਨਿਊਜ਼ ਲਈਏ ਕਿ ਪਾਕਿਸਤਾਨ ਜੱਥਾ ਪਹੁੰਚਿਆ ਹੈ ਸਿਕਸ ਸ਼ਰਦਾਲੂਆਂ ਦਾ ਆਹ ਸ੍ਰੀ ਪੰਜਾ ਸਾਹਿਬ ਜੀ ਮਸਾਕੀ ਮਨਾਉਣ ਵਾਸਤੇ ਤੇ 2475 ਦੇ ਕਰੀਬ ਸ਼ਰਦਾਲੂਆਂ ਨੂੰ ਵੀਜ਼ਾ ਮਿਲਿਆ ਗਏ ਨੇ ਉੱਥੇ ਔਰ ਕਈ ਸ਼ਰਦਾਲੂਆਂ ਨੇ ਇੱਥੇ ਮਤਲਬ ਨਰਾਜ਼ਗੀ ਵੀ ਜ਼ਾਹਰ ਕੀਤੀ ਹੈ ਕਿ ਕਈ ਲੋਕਾਂ ਨੇ ਅਪਲਾਈ ਕੀਤਾ ਲੇਕਿਨ ਇੰਡੀਆ ਨੂੰ ਮਿਲਿਆ ਹੈ ਵੀਜ਼ਾ ਕੱਟ ਲੋਕਾਂ ਨੂੰ ਮਿਲਦਾ ਹੈ ਸਾਡੀਆਂ ਦਿਲ ਦੀਆਂ ਦਿਲ ਚ ਰਹਿ ਜਾਂਦੀਆਂ ਨੇ ਅਸੀਂ ਜਾ ਕੇ ਗੁਰੂ ਸਾਹਿਬ ਦੇ ਸਥਾਨਾਂ ਦੇ ਦਰਸ਼ਨ ਕਰਨਾ ਚਾਹੁੰਦੇ ਆ ਸੋ ਇਹ ਉਹਨਾਂ ਦੇ ਮਨ ਦੇ ਵਿੱਚ ਤੇ ਗੱਲ ਰਹਿੰਦੀ ਹੈ ਪਰ ਜੋ ਹੈ ਸੋ ਹੈ ਹੁਣ ਵੀਜ਼ਾ ਗਵਰਨਮੈਂਟ ਤੋਂ ਗਵਰਨਮੈਂਟ ਹੈ ਨਾ ਪਾਕਿਸਤਾਨ ਦੀ ਗਵਰਨਮੈਂਟ ਕਿੰਨਾ ਵੀਜ਼ਾ ਦਿੰਦੀ ਹੈ ਹਿੰਦੁਸਤਾਨ ਦੀ ਗਵਰਨਮੈਂਟ ਕਿਦਾਂ ਅਪਲਾਈ ਕਰਨ ਵਾਸਤੇ ਕਹਿੰਦੀ ਹੈ ਰੂਲਸ ਰੈਗੂਲੇਸ਼ਨਸ ਕੀ ਬਣਦੇ ਨੇ ਕਿਉਂਕਿ ਦੋ ਦੇਸ਼ਾਂ ਦਾ ਆਪਸ਼ ਸਮਝੌਤਾ ਹੁੰਦਾ ਹੈ ਐਦਾਂ ਜਿਵੇਂ ਚੀਨ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਗੁਰੂ ਗੁਫਾ ਅਮਰਨਾਥ ਦੇ ਵਿੱਚ ਯਾਤਰਾ ਕਰਨ ਜਾਂਦੇ ਨੇ ਲੋਕ ਹਾਂ ਤਾਂ ਉਹਦੇ ਹੀ ਸਮਝੌਤਾ ਹੈ ਚੀਨ ਦੇ ਨਾਲ ਔਰ ਉਹ ਉਹਨਾਂ ਰੂਲਸ ਦੇ ਮੁਤਾਬਿਕ ਹੀ ਜਾਣਾ ਪਏਗਾ ਸੋ ਸੇਮ ਰੂਲਸ ਨੇ ਉਸੇ ਤਰ੍ਹਾਂ ਹੀ ਵੈਸੇ ਹਰ ਸਾਲ ਇਹ ਵਸਾਕੀ ਦੇ ਜਸ਼ਨ ਤੇ ਸ਼ਰਦਾਲੂ ਪੰਜਾਬ ਤੋਂ ਜਾਂਦੇ ਉੱਥੇ ਪਾਕਿਸਤਾਨ ਦੇ ਪੰਜਾ ਸਾਹਿਬ ਗੁਰਦੁਆਰਾ ਸਾਹਿਬ ਵਿੱਚ ਔਰ ਜਿੱਥੇ ਗੁਰੂ ਦੇ ਜਿਹੜੇ ਯਾਤਕ ਸਥਾਨ ਹਾਂ ਪਹਿਲੀ ਪਾਛੀ ਤੇ ਉਹਨਾਂ ਨੂੰ ਮੱਥਾ ਟੇਕਦੇ ਆ ਔਰ ਉਸ ਤੋਂ ਬਾਅਦ ਜਿਹੜੀ ਖਾਲਸੇ ਦੀ ਸਿਰਜਣਾ ਹੋਈ ਆ ਉਹਦੇ ਤੇ ਵੀ ਸਮੁਨਾਇਆ ਜਾਂਦਾ ਉਹਦੇ ਵਿੱਚ ਹੁਣ 2500 ਦੇ ਕਰੀਬ ਜਿਹੜੇ ਲੋਕ ਪਹੁੰਚੇ ਉੱਥੇ ਜਨੇ ਸ਼ਰਦਾਲੂ ਔਰ ਵਾਇਆ ਵਗਾ ਬਾਰਡਰ ਦੇ ਨਾਲ ਦੀ ਤੇ ਹਸੈਨੀ ਵਾਲਾ ਤੇ ਅਠਾਰੀ ਬਾਜ਼ਾਰ ਇਧਰ ਦੀ ਬਾਰਡਰ ਵਾਲ ਦੀ ਪਹੁੰਚੇ ਉੱਥੇ ਔਰ ਉਤੋਂ ਸਪੈਸ਼ਲ ਟ੍ਰੇਨ ਵੀ ਗਈਆਂ ਜਿਹਦੇ ਵਿੱਚ ਜੰਕਾਰੇ ਵੀ ਗੂੰਜੇ ਉੱਥੇ ਬੋਲੇ ਸੋਨਿਆਲ ਸਤਿ ਸ੍ਰੀ ਅਕਾਲ ਜੰਕਾਰੇ ਗੂੰਜੇ ਔਰ ਬਾਅਦ ਵਿੱਚ ਈਸਤਰੀਆਂ ਵੀ ਗਈਆਂ ਔਰ ਮਰਦ ਵੀ ਸਰਦਾਲੂ ਗਏ ਬੱਚੇ ਬਜ਼ੁਰਗ ਸਭ ਗਏ ਨੇ ਸਾਰੇ ਗਏ ਪਰ ਇੱਕ ਗੱਲ ਅਖਣਾ ਜੀ ਉੱਥੇ ਜਿਹਦਾ ਵੈਲਕਮ ਕਰਦੇ ਜੀਆਂ ਨੂੰ ਕਰਨ ਦੇ ਜਿਹੜੀ ਲੋਕਾਂ ਦਾ ਉਤਸ਼ਾਹ ਵਾ ਪਾਕਿਸਤਾਨ ਦੇ ਵਸਨੀਕਾਂ ਦਾ ਉਹ ਵੇਖਣ ਯੋਗ ਹੁੰਦਾ ਜਦੋਂ ਲੋਕ ਉੱਥੇ ਪਹੁੰਚਦੇ ਆ ਲੋਕ ਉਹਨਾਂ ਨੂੰ ਉਥੋਂ ਦੀ ਧਰਤੀ ਦੇ ਲੋਕ ਉਹਨਾਂ ਨੂੰ ਗੱਲ ਨਾਲ ਆਉਂਦੇ ਆ ਕਈਆਂ ਨੂੰ ਤਾਂ ਆਪਣੇ ਜੇ ਤਾਂ ਜੇ ਪਰਮਿਸ਼ਨ ਮਿਲ ਜੇ ਤੇ ਘਰਾਂ ਚ ਵੀ ਲੈ ਕੇ ਜਾਂਦੇ ਆ। ਕੁਝ ਵੀਡੀਓ ਤੁਸੀਂ ਦੇਖੋ ਤੇ ਜਿੱਥੇ ਇੱਥੇ ਉਹਨਾਂ ਨੂੰ ਕਿਤੇ ਬੈਠ ਕੇ ਰੈਸਟੋਰੈਂਟ ਤੇ ਖਾਣਾ ਖਾਂਦੇ ਆ ਤੇ ਉੱਥੋਂ ਦੇ ਲੋਕ ਉਹਨਾਂ ਨੂੰ ਬਿੱਲ ਨਹੀਂ ਦੇਣ ਦਿੰਦੇ। ਫਿਰ ਆਪਣੇ ਘਰਾਂ ਚ ਲੈ ਕੇ ਜਾਂਦੇ ਆ। ਇਹਨੇ ਲੋਕ ਬਹੁਤ ਦਿਲਦਾਰ ਬਖਸ਼ਦੇ ਭਾਵਕਤਾ ਬਿਲਕੁਲ ਸਹੀ ਗੱਲ ਹੈ। ਕਈ ਵਾਰ ਕੋਈ ਵੀਡੀਓ ਦੇਖੋ ਨਾ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋਇਆ। ਕੋਈ ਬੰਦਾ ਵੈਸੇ ਜਾ ਕੇ ਕਹਿ ਦਿੰਦਾ ਮੈਂ ਹਿੰਦੁਸਤਾਨ ਤੋਂ ਆਇਆ। ਹਾਂ। ਤਾਂ ਕਮਾਲ ਦੀ ਉਹਨਾਂ ਨੂੰ ਮਹਿਮਾਨ ਨਵਾਜ਼ੀ ਮਿਲਦੀ ਹੈ। ਬਹੁਤ ਬੜੀਆ। ਆਪ ਹਾਰੇ ਆਪ ਹਮਾਰੇ ਮਹਿਮਾਨ ਹੈ। ਆਪ ਕੁਝ ਤੇ ਉਹ ਕੋਈ ਪੈਸਾ ਤੇਲਾ ਨਹੀਂ ਮਤਲਬ ਪੂਰੀ ਜਿਹਨੂੰ ਕਹਿੰਦੇ ਨੇ ਨਾ ਕਿਉਂਕਿ ਹੈ ਤਾਂ ਉਹ ਵੀ ਪੰਜਾਬੀ ਹੋਈਆਂ ਸੱਚਸੀ ਪੰਜਾਬੀ ਉਹ ਤੇ ਪੰਜਾਬੀਆਂ ਦੀ ਹੋਸਪਿਟੈਲਿਟੀ ਅਸੀਂ ਸਾਰੇ ਜਾਣਦੇ ਆ ਕਿਦਾਂ ਦੀ ਵੈਸੇ ਜਿੰਨੇ ਵੀ ਸ਼ਰਧਾਲੂ ਜਾਂਦੇ ਆ ਨਾ ਬਹੁਤਿਆਂ ਦੇ ਤਾਂ ਪੇਰੈਂਟਸ ਉਦੋਂ ਉਹ ਤਾਂ ਹੋ ਸਕਦਾ ਕੁਝ ਬਾਅਦ ਚ ਜੰਮੇ ਹੋਣਗੇ ਜਾਂ ਕਈ ਵਿੱਚ ਬਜ਼ੁਰਗ ਵੀ ਹੈਗੇ ਜਿਹੜੇ ਉੱਥੋਂ ਜਦੋਂ ਪਾਕਿਸਤਾਨ ਬਣਿਆ ਵੰਡ ਦੇ ਵਿੱਚ ਉਹ ਵਿਚਾਰੇ ਉੱਥੋਂ ਉੱਜੜ ਕੇ ਆਏ ਆ ਉਹ ਵੀ ਲੋਕ ਜਾਂਦੇ ਆ ਬਾਅਦਿਆਂ ਲੋਕਾਂ ਨੂੰ ਜ਼ਿਆਦਾ ਸ਼ਰਧਾਲੂਆਂ ਨੂੰ ਇਹ ਹੁੰਦਾ ਕਿ ਅਸੀਂ ਉਹ ਧਰਤੀ ਵੇਖ ਕੇ ਆਈਏ ਜਿੱਦਦੀ ਘਰ ਦੇਖ ਕੇ ਆਈਏ ਆਪਣਾ ਨਿਕਲ ਕੇ ਆਏ ਆ ਜਿਸ ਧਰਤੀ ਤੋਂ ਅਸੀਂ ਉੱਜੜ ਕੇ ਆਏ ਆ ਉਹ ਸਾਡੀ ਧਰਤੀ ਆ ਜੰਮਣ ਪੁਆਏ ਆ ਅਸੀਂ ਉਸ ਧਰਤੀ ਦੀ ਮਿੱਟੀ ਲੈ ਕੇ ਆਈਏ ਕਈ ਉੱਥੇ ਇੱਕ ਇੱਟਾਂ ਚੁੱਕ ਕੇ ਲੈ ਕੇ ਆਉਂਦੇ ਆ ਕਿ ਸਾਡੀ ਜ਼ਮੀਨ ਦੀ ਇੱਟਾਂ ਨੇ ਸਾਡੇ ਘਰ ਦੀਆਂ ਇੱਟਾਂ ਲੱਗੀਆਂ ਸਾਡੇ ਇਮਾਰਤ ਨੂੰ ਇੱਟਾਂ ਲੱਗੀਆਂ ਉਹ ਸੁਪਨਿਆਂ ਦੀ ਧਰਤੀ ਨੂੰ ਲੋਕ ਵੇਖਣ ਨੂੰ ਲੋਚਦੇ ਨੇ ਜਾਂਦੇ ਉੱਥੇ ਔਰ ਭਗਤ ਸਿੰਘ ਦੀ ਮੜੀ ਭਗਤ ਸਿੰਘ ਜਦਾ ਘਾਰ ਭਗਤ ਸਿੰਘ ਜਿਦਾ ਮਿਊਜ਼ੀਅਮ ਉਹ ਵੇਖ ਕੇ ਆਉਂਦੇ ਆ ਔਰ ਜਿੱਥੇ ਜਿੱਥੇ ਆ ਬਾਬਾ ਬੁੱਲੇ ਸ਼ਾਹ ਦਾ ਮਜ਼ਾਰ ਬਾਬਾ ਵਾਰਿਸ ਦਾ ਮਜ਼ਾਰ ਉਹ ਜਾ ਕੇ ਉੱਥੇ ਲੋਕ ਵੇਖਦੇ ਜਦੋਂ ਹੀ ਜਾਂਦੇ ਆ ਔਰ ਬਕਾਇਦਾ ਤੌਰ ਤੇ ਕਈ ਤਾਂ ਲਾਹੌਰ ਵਾਲੇ ਵੀ ਜਾਂਦੇ ਆ ਲਾਹੌਰ ਦਾ ਨਾਰਕਲੀ ਬਾਜ਼ਾਰ ਆ ਹੋਰ ਬਾਜ਼ਾਰ ਜਿਹੜੇ ਵੇਖਣਯੋਗ ਹੈਗੇ ਆ ਉੱਥੋਂ ਤਾਂ ਖਾਣਾ ਖਾਂਦੇ ਜਿਹੜਾ ਜੋ ਵੀ ਹੈਗਾ ਉੱਥੇ ਔਰ ਬੜਾ ਸਵਾਦ ਬਣਾਉਣ ਵਾਲੇ ਕਾਰੀਗਰ ਉੱਥੇ ਆ ਗਏ ਜਿਸ ਤਰ੍ਹਾਂ ਤੁਸੀਂ ਕਦੀ ਅਮਰਸਰ ਗਏ ਹੋਗੇ ਜੋ ਲਜਤ ਜੋ ਸਵਾਦ ਅਮਰਸਰ ਦੇ ਖਾਣਿਆਂ ਦਾ ਹੈਗਾ ਉਹੀ ਲਾਹੌਰ ਦਾ ਸੇਮ ਹੈ ਕਿਉਂਕਿ ਇਸ ਕਰਕੇ ਆ ਗਿਆ ਕਿ ਉਹ ਕਾਰੀਗਰ ਉੱਜੜ ਕੇ ਇੱਥੋਂ ਵਾਲੇ ਉੱਥੇ ਚੱਲ ਕੇ ਬਣਦਾ ਉਹੀ ਕੁਛ ਹੈਗਾ 25 ਕਿਲੋਮੀਟਰ ਕਿੰਨੇ ਕਰਾ ਜਿਆਦਾ ਰਸਤਾਨ ਦਾ ਉਨਾ ਹੀ ਲਾਹੌਰ ਤੇ ਅਮਰਸਰ ਦਾ ਬਿਲਕੁਲ ਤਾਂ ਉਹ ਸਾਰੇ ਲੋਕ ਇੱਕ ਦੂਜੇ ਨੂੰ ਮਿਲਦੇ ਮਿਲ ਕੇ ਸਾਰੀਆਂ ਭਾਵਨਾਵਾਂ ਸਾਂਝੀਆਂ ਕਰਦੇ ਇੱਕ ਧਾਰਮਿਕ ਆਕੀਦਾ ਤਾਂ ਹੈ ਹੀ ਜਦੋਂ ਅਸੀਂ ਜਾਂਦੇ ਹਾਂ ਮੱਥਾ ਟੇਕਦੇ ਹਾਂ ਕਰਤਾਰਪੁਰ ਸਾਹਿਬ ਪੰਜਾਬ ਸਾਹਿਬ ਔਰ ਸਾਰੀਆਂ ਇਤਿਹਾਸਿਕ ਸਥਾਨਾਂ ਤੇ ਔਰ ਇਹ ਤਰ ਇਹ ਤੀਸਰਾ ਦਿਨ ਦੀ ਹੈ ਕਿ ਲੋਕ ਜਦੋਂ ਵੀਰਾਂ ਕਰਦੇ ਸਾਡਾ ਵੀਜ਼ਾ ਲੱਗੇ ਸਾਡਾ ਵੀਜ਼ਾ ਲੱਗੇ ਪਰ ਤੁਹਾਡਾ ਅਟਿਕਲ ਸਹੀ ਹੈ ਜਿਹੜੀ ਲਿਮਟ ਆ ਜਿਸ ਵੀਜ਼ੇ ਨਾਲ ਜੋ ਉਹਨਾਂ ਨੇ ਜਿੰਨੇ ਜਾਣੇ ਇਹ ਵੀ ਉਸ ਗਵਰਨਮੈਂਟ ਦਾ ਇਮੀਗ੍ਰੇਸ਼ਨ ਜਿਹੜਾ ਉਹਨਾਂ ਦਾ ਅੰਬੈਸੀ ਆ ਉਹਦਾ ਬਹੁਤ ਵੱਡਾ ਸ਼ਾਬਾਸ਼ ਹੈ ਜਾਂਦੀ ਉਹਨਾਂ ਨੂੰ ਕਿ ਜਿਹੜੇ ਹਰ ਵਾਰੀ ਇਹਨੇ ਸ਼ਰਧਾਲੂਆਂ ਨੂੰ ਆਪਣਾ ਵੀਜ਼ਾ ਦੇ ਦਿੰਦੇ ਔਰ ਹਰ ਸਾਲ ਹੀ ਦੇ ਦਿੰਦੇ ਬਿਲਕੁਲ ਜੀ ਦਾ ਸੱਕ ਕੰਮ ਆਉਂਦੇ ਆ ਕਈ ਜਗ੍ਹਾ ਜਿਹੜੇ ਕਹਿੰਦੇ ਨਾ ਮਤਲਬ ਤੁਸੀਂ ਖਾਣ ਪੀਣ ਦੀ ਗੱਲ ਕੀਤੀ ਅੰਮ੍ਰਿਤਸਰ ਤੇ ਲਾਹੌਰ ਦਾ ਇੱਕੋ ਜਿਹਾ ਹੈ ਔਰ ਕਈ ਲੋਕ ਕਹਿੰਦੇ ਨੇ ਕਿ ਜਿਸ ਨੇ ਲਾਹੌਰ ਨਹੀਂ ਦੇਖਿਆ ਉਹ ਜੰਮਿਆ ਨਹੀਂ ਤੁਸੀਂ ਪਾਕਿਸਤਾਨ ਜਾਓ ਤੇ ਉੱਥੇ ਲਾਹੌਰ ਜ਼ਰੂਰ ਦੇਖ ਕੇ ਆਓ ਪਰ ਜੇ ਪਾਕਿਸਤਾਨ ਨਹੀਂ ਜਾ ਸਕਦੇ ਲਾਹੌਰ ਨਹੀਂ ਜਾ ਸਕਦੇ ਤਾਂ ਅੰਮ੍ਰਿਤਸਰ ਜਾਓ ਨਾ ਉੱਥੇ ਤੇ ਜਾ ਸਕਦੇ ਹੋਹੀ ਬੋਲੀ ਤੁਸੀਂ ਜੰਪੋਗੇ ਔਰ ਨਾਲੇ ਪਵਿੱਤਰ ਸਥਾਨ ਹੈ ਆ ਪਵਿੱਤਰ ਸਥਾਨ ਉੱਥੇ ਸ਼੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰੋਗੇ ਬਸ ਸਹੀ ਗੱਲ ਅੱਧਾ ਲਾਹੌਰ ਤੇ ਤੁਹਾਨੂੰ ਅੰਮ੍ਰਿਤਸਰ ਹੀ ਨਜ਼ਰ ਆਉਂਦਾ ਕਿਉਂਕਿ ਲੋਕਾਂ ਦੀ ਬੋਲੀ ਸਿਰਫ ਇਹ ਆ ਵੀ ਸਲਵਾਰਾਂ ਤੇ ਕਮੀਜ਼ ਉਹ ਨਹੀਂ ਲੋਕਾਂ ਨੇ ਪਾਇਪਦੇ ਆਪਣੇ ਕੋਲ ਤੇ ਪਾਣ ਚਾਦਰੇ ਬੰਦਿਆ ਮਜ਼ਾਇਲ ਚਾਦਰੇ ਬੰਦਿਆ ਨਾ ਚਮਲੇ ਵਾਲੀਆਂ ਪੱਗਾਂ ਬੰਦਿਆ ਆਪਣਾ ਆਪਣਾ ਡਰੈਸ ਹੁੰਦਾ ਬੋਲੀ ਉਹੀ ਖੜਕਮੀ ਮਜ਼ਾਇਲ ਮਾਜੀ ਬੋਲੀ ਉਹੀ ਹੈ ਜਿਹੜੀ ਤਰਨਤਾਰਨ ਅਮਰਸਰ ਛਾਲਕੋਟ ਹਨਾ ਫਿਰ ਅੱਗੇ ਜਾ ਕੇ ਲਾਹਰ ਤੇ ਸਾਰੀ ਉਹ ਬੋਲੀ ਇੱਕੋ ਹੀ ਆ ਖਾਣ ਪੀਣ ਇੱਕੋ ਜੈਗਾ ਉਦਾਂ ਦਾ ਲਲਕਾਰਾ ਹੈਗਾ ਜਦੋਂ ਲੜਦੇ ਵੀ ਆ ਇਕੱਠੇ ਲੜਦੇ ਆ ਜਦੋਂ ਭਰਾ ਭਰਾ ਜੀ ਫਿਰ ਪਾਉਂਦੇ ਇਕੱਠੇ ਪਾਉਂਦੇ ਇਹ ਹੈਗਾ ਪੰਜਾਬੀ ਜੇ ਜੜਣ ਨਾਲ ਫਿਰ ਪੰਜਾਬੀ ਕਾਦੇ ਬਿਲਕੁਲ ਸੋ ਜੀ ਜਲੰਧਰ ਚ ਜ਼ਿਮਨੀ ਚੋਣਾ ਹਾਂ ਉਹਦੇ ਵਾਸਤੇ ਮਾਹੌਲ ਬਣਿਆ ਹੋਇਆ ਹੂੰ ਪਰ ਦੇਖੋ ਕਈ ਪੋਲੀਟੀਕਲ ਪਾਰਟੀਆਂ ਆਪਣੇ ਉਮੀਦਵਾਰ ਨਹੀਂ ਸਹੀ ਗੱਲ ਮਿਲ ਰਹੇ ਚੌੜੀ ਸੰਤੋਖ ਸਿੰਘ ਜੀ ਦੀ ਇੱਕ ਸੀਟ ਖਾਲੀ ਹੋਈ ਉਹਨਾਂ ਦਾ ਦਿਹਾਂਤ ਹੋ ਗਿਆ ਸੀ ਭਾਰਤ ਜੋੜੋ ਯਾਤਰਾ ਦੇ ਦੌਰਾਨ ਸੋ ਜਿੰਨੀ ਚੋਣ ਹੋਣ ਜਾ ਰਹੀ ਹੈ ਉਹਦੇ ਵਾਸਤੇ ਹੁਣ ਸਾਰਾ ਮਾਹੌਲ ਦੰਗਲ ਭਖਿਆ ਹੋਇਆ ਹੈ ਪੂਰਾ ਸਿਆਸੀ ਦੰਗਲ ਇਹ ਇਹ ਮਸਲਾ ਜਿਹੜਾ ਹੁਣ ਬਿਲਕੁਲ ਨੇੜੇ ਆ ਗਿਆ ਕਿਉਂਕਿ ਇਹ ਇਸ ਵੇਲੇ ਇਹ ਦੰਗਲ ਭਖਿਆ ਔਰ ਇਹ ਉਹਦੋਂ ਦੀ ਗੱਲ ਹੈ ਜਦੋਂ ਭਾਰਤ ਜੋੜੋ ਯਾਤਰਾ ਕੀਤੀ ਸੀ راہਲ ਗਾਂਧੀ ਨੇ ਪੰਜਾਬ ਚ ਆਏ ਸੀਗੇ ਤੇ ਪੰਜਾਬ ਜਦੋਂ ਆਇਆ ਤਾਂ ਉਹ ਸੰਤੋਖ ਸਿੰਘ ਚੌਧਰੀ ਜੀ ਜਿਹੜੇ ਸਰਗਵਾਸ ਹੋ ਗਏ ਉਹਨਾਂ ਦੇ ਸ਼ਾਮਲ ਹੋੜੇ ਸੀਗੇ ਉਹਨਾਂ ਨੂੰ ਕੋਈ ਦਿਲ ਦਾ ਦੌਰਾ ਪਿਆ ਉਹ ਡਿੱਗੇ ਥੱਲੇ ਔਰ ਅਚਾਨਕ ਉਹਨਾਂ ਦੀ ਮੌਤ ਹੋ ਗਈ ਫਿਰ ਰਾਹੁਲ ਗਾਂਧੀ ਉਦੋਂ ਹੀ ਅਨਾਉਂਸ ਕਰ ਗਏ ਸੀ ਇਹਨਾਂ ਦੀ ਵਾਈਫ ਜਿਹੜੀ ਕਿ ਕਰਮਜੀਤ ਚੌਧਰੀ ਉਹਨਾਂ ਦਾ ਨਾਮ ਅਨਾਉਂਸ ਕਰਤਾ ਕਾਂਗਰਸ ਨੂੰ ਇੱਕ ਕੈਂਡੀਡੇਟ ਹੋ ਗਿਆ ਫਿਰ ਉਦੋਂ ਬਾਅਦ ਜਾਂ ਬਾਅਦ ਚ ਇਹਨਾਂ ਨੇ ਬਾਕੀ ਪਾਰਟੀਆਂ ਸੀ ਕਿ ਫਿਰ ਸੁਖਬੀਰ ਬਾਦਲ ਜੀ ਬਹੁਤ ਭਰੀ ਇੱਥੇ ਆਏ ਜਲੰਧਰ ਆਏ ਪਰ ਉਹਨਾਂ ਨੇ ਟਿਲ ਡੇਟ ਅਜੇ ਤੱਕ ਕੋਈ ਅਨਾਉਂਸ ਨਹੀਂ ਕੀਤਾ ਕਿਉਂਕਿ ਉਹਨਾਂ ਦਾ BSP ਨਾਲ ਵੀ ਹੈ ਹੈਗੀ ਆ ਗੱਠ ਜੋੜ ਉਹਨਾਂ ਦੇ ਵੱਲੋਂ ਇਹਨਾਂ ਨੂੰ ਪਤਾ ਲੱਗਣਾ ਵੀ ਉਹ ਕੀ ਕਹਿੰਦੇ ਆ ਕਿਹੜੇ ਕੈਂਡੀਡੇਟ ਨੂੰ ਲੈਣਾ ਰਹੇ ਗਨ ਆਪ ਦੀ ਰੂਲਿੰਗ ਪਾਰਟੀ ਦੀ ਇਹਨਾਂ ਨੇ ਤੇ ਇੱਕ ਦਿਨ ਆਏ ਭਗਵੰਤ ਮਾਨ ਜੀ ਉਹਨਾਂ ਸੁਸ਼ੀਲ ਰਿੰਕੂ ਜੀ ਜਿਹੜੇ ਪਹਿਲਾਂ ਰਹੇ ਆ ਤੇ ਵਿਧਾਇਕ ਰਹੇ ਆ ਉਹ ਦੋ ਵਾਰ ਹੀ ਵਿਧੈਕ ਬਣੇ ਆ ਉਹਨਾਂ ਨੂੰ ਇਹਨਾਂ ਨੇ ਆਪਣੇ ਪਹਿਲਾਂ ਪਾਰਟੀ 'ਚ ਸ਼ਾਮਲ ਕੀਤਾ ਉਹਦੇ ਵਿੱਚ ਕੇਜਰੀਵਾਲ ਸਾਹਿਬ ਜੀ ਵੀ ਆਏ ਤੇ ਵੀ ਆਏ ਉਹ ਤੋਂ ਬਾਅਦ ਤੀਜੇ ਦਿਨ ਤੱਕ ਇਹਨਾਂ ਨੇ ਅਨਾਉਂਸ ਕਰਤਾ ਕਿ ਅਗਲਾ ਸਾਡਾ ਕਮਿੰਗ ਕੈਂਡੀਡੇਟ ਆਪ ਦਾ ਇਹ ਹੈਗਾ ਹੁਣ ਇਹਨਾਂ ਨੂੰ ਉਹ ਬਾਕੀ ਕਾਂਗਰਸ ਵਾਲਿਆਂ ਨੇ ਤੇ ਇਹ ਫਟਕਾਰ ਪਾਈ ਆ ਕਿ ਤੁਹਾਨੂੰ ਆਪਣਾ ਕੈਂਡੀਡੇਟ ਹੀ ਲੱਭ ਜਾਂ 99 ਬਣਾ ਕੇ 93 ਬੰਦਾ ਹੀ ਨਹੀਂ ਲੱਭ ਰਿਹਾ ਤੁਹਾਨੂੰ ਆਪਣੀ ਪਾਰਟੀ ਦਾ ਤੁਸੀਂ ਚੱਕ ਕੇ ਤੇ ਕਾਂਗਰਸੋਂ ਲਿਆ ਪਰ ਕਾਂਗਰਸ ਵਾਲਿਆਂ ਨੂੰ ਵੀ ਚਾਹੀਦੀ ਹੈ ਕਿ ਤੁਹਾਡਾ ਕੈਂਡੀਡੇਟ ਜਿਹੜਾ ਛੜੱਪਾ ਮਾਰ ਕੇ ਇੱਧਰ ਆ ਗਿਆ ਉਹਨੂੰ ਤੇ ਸਮਝਾਓ ਤੁਸੀਂ ਇਹ ਆਪ ਪਾਰਟੀ ਨੂੰ ਤਾਂ ਕਹੀ ਜਾਂਦੇ ਜੇ ਹੁਣ ਦੋ ਪਾਸੇ ਕੀ ਰੌਲਾਗਾ ਜਿਹੜੀ ਆਪ ਪਾਰਟੀ ਨੂੰ ਆਪਣਾ ਕੈਂਡੀਡੇਟ ਹੀ ਕੋਈ ਸਾਊ ਜਾਂ ਚੱਜ ਦਾ ਨਹੀਂ ਲੱਭਿਆ ਤੇ ਜਿਹੜੀ ਇਹ ਪਾਰਟੀ ਹੈ ਇਹ ਚਾਹੁੰਦੀ ਇਹ ਬੰਦਾ ਜਿਹੜਾ ਸੀਗਾ ਉਹਨੇ ਵੇਖ ਲਿਆ ਕਿ ਜੇ ਹੁਣ ਤੇ ਇਧਰ ਮੈਂ ਦੋ ਵਾਰੀ ਕਰ ਲਈ ਜੀ ਉਪਾਦੀ ਕਰ ਲਿਆ ਐ ਐਮਐਲਏ ਬਣ ਗਿਆ ਹੁਣ ਇਹਨਾਂ ਦੇ ਹੈ ਨਹੀਂ ਕੁਝ ਇੱਥੇ ਕਲੇਸ਼ ਪੈ ਗਿਆ ਸੁਨੱਪਾ ਮਾਰੋ ਤੇ ਦਿਤਰਾ ਜੋ ਕਿਉਂਕਿ ਛਾਬਾ ਨਵੇਂ ਆ ਪਿਆ ਤੇ ਛਾਬਾ ਪਾਰਾ ਇਹਦੇ ਤੇ ਹੁਣ ਉਹਨਾਂ ਨੇ ਇਮੀਡੀਏਟ ਨੂੰ ਟਿਕਟ ਦੇ ਦਿੱਤੀ ਹੁਣ ਜਿਹੜੀ ਗੱਲ ਇਹਦੇ ਚ ਕਾਂਗਰਸ ਅ디 ਅਕਾਲੀ ਦਲ ਦੀ ਅਕਾਲੀ ਦਲ ਅਜੇ ਤੱਕ ਫਾਈਨਲੀ ਕਰ ਸਕਿਆ ਕਿਉਂਕਿ ਬੀਜੇਪੀ ਵਾਲੇ ਵੀ ਰੌਲਾ ਪਾ ਰਹੇ ਆ ਸਾਡਾ ਵੀ ਬੰਦਾ ਹੋਣਾ ਬੀਜੇਪੀ ਦਾ ਵੀ ਚਾਰ ਪਾਰਟੀਆਂ ਦਾ ਇੱਥੇ ਹੁਣ ਹਾਲਾਂਕਿ ਇੱਕ ਇੱਕ ਕੈਂਡੀਡੇਟ ਨੇ ਬਣਨਾ ਪਰ ਚਾਰ ਪਾਰਟੀਆਂ ਦਾ ਆਪਸੀ ਟੱਕਰ ਆਗਾ ਪਰ ਅਜੇ ਤੱਕ ਕੋਈ ਸਾਰੀਆਂ ਪਾਰਟੀਆਂ ਫਾਈਨਲੀ ਕਰ ਸਕੀਆਂ ਕੈਂਡੀਡੇਟ ਇੰਡਬਰੇਪੀ ਪੰਜਾਬ ਜਿੱਦਾਂ ਸੁੰਨਿਆ ਹੀ ਹੋ ਗਿਆ ਜਿਸ ਤਰ੍ਹਾਂ ਇਹਨਾਂ ਨੇ ਐਮ ਐਲ ਏ ਬਣਾਏ ਸੀਗੇ ਆਪ ਨੇ ਜਦੋਂ ਇਹਨਾਂ ਨੇ ਮੰਤਰੀ ਮੰਡਲ ਚ ਵੰਡਿਆ ਸਾਰਾ ਕੁਛ ਹੈਗਾ ਔਰ ਜਿਹੜੇ ਪੜ੍ਹੇ ਲਿਖੇ ਬੰਦੇ ਹੋ ਸਾਢੇ ਤੇ ਹੋਗੇ ਜਿਹੜੇ ਵਿਚਾਰੇ ਕਈ ਨਹੀਂ ਕੁਝ ਜਾਣਦੇ ਉਹ ਮੰਤਰੀ ਬਣਾ ਦਿੰਦੇ ਉਹਨਾਂ ਨੇ ਪੋਰਟਫੋਲੀਓ ਵੰਡ ਦਿੰਦੇ ਇਹ ਹੁੰਦਾ ਸਿਆਸਤਾ ਦਾ ਕੰਮ ਜਿਹੜਾ ਪੜ੍ਹੇ ਲਿਖੇ ਉਹਨਾਂ ਨੂੰ ਪਤਾ ਇਹਨੇ ਕੰਮ ਚੱਜਣਾ ਕਰਨਾ ਤਰੀਕੇ ਨਾਲ ਕਰਨਾ ਲੋਕਾਂ ਦੀ ਗੱਲ ਵੀ ਸੁਣੂਗਾ ਤੇ ਕਾਨੂੰਨ ਦੇ ਦਾਇਰੇ ਚ ਕੰਮ ਕਰਗੋ ਜਿਹੜੇ ਬਾਕੀ ਆਏ ਧੱਕਾਸ਼ਾਹੀ ਵਾਲੇ ਉਹਨਾਂ ਨੇ ਕਹਣਾ ਉਹ ਲਾਓ ਕੋਈ ਨਹੀਂ ਉਹਨਾਂ ਨੂੰ ਤਾਂ ਬੰਦੇ ਜਾਣਦੇ ਪੰਚ ਉਹਨਾਂ ਟੜਕੇ ਨਾਲ ਸਾਰਾ ਕੁਝ ਕੰਮ ਕਰ ਲੈਣਾ ਇਹ ਹੁੰਦਾ ਪਾਰਟੀਆਂ ਦੇ ਵਿੱਚ ਕੰਮ ਕਰਨ ਦਾ ਲਹਿਜ਼ਾ ਤੇ ਕੰਮ ਕਰਨ ਦਾ ਸਟਾਈਲ ਇਹ ਗੱਲ ਹੁਣੇ ਇਸ ਕਰਕੇ ਕਿ ਮਾਮਲਾ ਪੱਕਿਆ ਪਿਆ ਪਾਰਟੀਆਂ ਚਾਹੁੰਦੀਆਂ ਕਿ ਇਹ ਜਿੱਤ ਅਸੀਂ ਕਰ ਜਾਈਏ ਔਰ ਇਹ ਤੋਂ ਪਤਾ ਵੀ ਲੱਗ ਜੂਗਾ ਇੱਕ ਵੱਡਾ ਸਿੰਬਲ ਔਰ ਸੰਕੇਤ ਹੋਊਗਾ ਕਿ ਆਉਣ ਵਾਲੀਆਂ ਇਲੈਕਸ਼ਨ ਚ ਕਿਹੜੀ ਪਾਰਟੀ ਦਾ ਲੋਕਾਂ ਦਾ ਧਿਆਨ ਐਸ ਕੈਂਡੀਡੇਟ ਨੂੰ ਪਤਾ ਲੱਗੂਗਾ ਕਿਉਂਕਿ ਉਹ ਐਤ ਐਮਪੀ ਬਣਨੇ ਨੇ ਉਹ ਵੀ ਤਾਂ ਐਮਪੀ ਦੀਆਂ ਹੀ ਹੈਗੀਆਂ ਜਿਹੜੀਆਂ ਇਲੈਕਸ਼ਨ ਆਉਣੀਆਂ 24 ਦੀਆਂ ਉੱਚੀ ਐਮਪੀ ਬਣ ਕੇ ਮੈਂਬਰ ਪਾਰਲੀਮੈਂਟ ਬਣ ਕੇ ਤੇ ਫਿਰ ਬਣੂਗਾ ਮੰਤਰੀ ਮੰਡਲ ਤੇ ਫਿਰ ਬਣੂਗਾ ਪੰਜਾਬ ਪੂਰੇ ਹਿੰਦੁਸਤਾਨ ਦਾ ਪ੍ਰਧਾਨ ਮੰਤਰੀ ਬਿਲਕੁਲ ਸਹੀ ਜੀ ਜੀ ਸੋ ਸਿਆਸਤ ਹੈ ਪਰ ਜੇ ਸਿਆਸਤ ਸਿਆਸਤ ਦੇਸ਼ ਦੇ ਹੱਕੇ ਚ ਹੋਵੇ ਜਨਤਾ ਦੇ ਹੱਕੇ ਚ ਹੋਵੇ ਤਾਂ ਬਹੁਤ ਵਧੀਆ ਨਹੀਂ ਤਾਂ ਗੇਮਸ ਤਾਂ ਚਲਦੀਆਂ ਹੀ ਰਹਿੰਦੀਆਂ ਨੇ ਬਿਲਕੁਲ ਬਿਲਕੁਲ ਕਿਤੇ ਜਾ ਕੇ ਗੇਮਸ ਨੂੰ ਠੱਲ ਪਾ ਦੇਣੀ ਚਾਹੀਦੀ ਹੈ ਜਿੱਥੇ ਲੋਕ ਭਲਾਈ ਦੀ ਗੱਲ ਹੋਵੇ ਗੱਲਾਂ ਨਾਲ ਤਾਂ ਲੋਕ ਭਲਾਈ ਬਹੁਤ ਹੋ ਗਈ ਗੱਲਾਂ ਨਾਲ ਤੇ ਬਥੇਰਾ ਅਸੀਂ ਬਦਾਮਾਂ ਵਾਲਾ ਸਭ ਨੂੰ ਕੜਾ ਖਵਾਉਂਦੇ ਰਹਿੰਦੇ ਆ ਹਾਂ ਸਾਚੀ ਮੁੰਡਾ ਕੜਾ ਖਵਾ ਦਿਓ ਭਾਵੇਂ ਪਲੇਨ ਹੀ ਖਵਾ ਦਿਓ ਬਦਾਮ ਨਾ ਹੀ ਪਾਓ ਪਰ ਖਵਾਤ ਬਾਤ ਹੋਣਗੇ ਜਦ ਜਿੱਤ ਗਏ ਦੇਸੀ ਘਿਓ ਦਾ ਤੇ ਖਵਾਓ ਹਾਂ ਚਲੋ ਜੀ ਚਾਲੇ ਪਾਈ ਜਾਏ ਜੀ 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 ਔਰ ਤੁਸੀਂ ਵੀ ਸਾਨੂੰ ਆਪਣੇ ਵਿਚਾਰ ਜ਼ਰੂਰ ਇਨਬਾਕਸ ਕਰੋ ਸਾਡਾ ਚੈਨਲ ਪੰਜਾਬ ਮੇਲ ਯੂਐਸਸੀਟੀਵੀ ਸਬਸਕ੍ਰਾਈਬ ਕਰੋ ਚਲੋ ਜੀ ਬਲਕਾਰ ਜੀ ਜ਼ਰੂਰ ਜੀ ਜ਼ਰੂਰ ਬਿਲਕੁਲ ਸਤਿ ਸ੍ਰੀ ਅਕਾਲ